ਸਦਾ ਰਹੀਏ ਹੱਸਦੇ, ਗੁੱਸਾ ਨਾ ਕਰੀਏ, ਕਿਸੇ ਨੂੰ ਡਰਾਈਏ ਨਾ ਕਿਸੇ ਤੋਂ ਡਰੀਏ। ਸਦਾ ਰਹੀਏ ਹੱਸਦੇ, ਗੁੱਸਾ ਨਾ ਕਰੀਏ, ਕਿਸੇ ਨੂੰ ਡਰਾਈਏ ਨਾ ਕਿਸੇ ਤੋਂ ਡਰੀਏ। ਆਕੜਾਂ ਜੋ ਰੱਖਦੇ ਨੇ, ਰੱਖੋ ਦੂਰੀਆਂ, ਅਤੇ ਗੁਣਾਂ ਵਾਲੇ ਬੰਦਿਆਂ ਦਾ ਪਾਣੀ ਭਰੀਏ, ਗੁਣਾਂ ਵਾਲੇ ਬੰਦਿਆਂ ਦਾ ਪਾਣੀ ਭਰੀਏ। ਜੀ ਹਾਂ, ਕਿਸੇ ਸਿਆਣੇ ਦੀਆਂ ਕਈਆਂ ਹੋਈਆਂ ਇਹਨਾਂ ਸਿਆਣੀਆਂ ਗੱਲਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਅੱਜ ਦੇ ਲਾਈਵ ਸ਼ੋਅ ਦੇ ਵਿੱਚ ਵੀ ਹਮੇਸ਼ਾ ਦੀ ਤਰ੍ਹਾਂ ਗੱਲਾਂ ਬਾਤਾਂ ਕਰਾਂਗੇ, ਕੋਈ ਨਾ ਕੋਈ ਸੁਣਾਂਗੇ, ਕੁਛ ਨਾ ਕੁਛ ਸੁਣਾਵਾਂਗੇ, ਅਤੇ ਨਾਲ ਦੀ ਨਾਲ ਜਿਹੜੇ ਤੁਹਾਡੀਆਂ ਟੈਲੀਫੋਨ ਦੀਆਂ ਕਾਲਾਂ ਹੈਗੀਆਂ ਉਹ ਵੀ ਲੈ ਕੇ ਅਤੇ ਉਹਦੇ 'ਤੇ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਜੀ ਹੁਣ ਅੱਜ ਦੇ ਪ੍ਰੋਗਰਾਮ ਵਾਲੇ ਪਾਸੇ ਅਗਰ ਚੱਲੀਏ ਤਾਂ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਬੁੱਧਵਾਰ ਵਾਲੇ ਦਿਨ ਦੀ ਗੱਲ ਕਰੀਏ, ਤਾਂ ਰੀਤੀ ਰਿਵਾਜ਼ਾਂ ਦੀ ਗੱਲ ਕਰੀਦੀ ਹੈ, ਕਈ ਵਾਰੀ ਮੁਹਾਵਰੇ ਕਹਾਵਤਾਂ ਦੀ ਗੱਲ ਕਰੀਦੀ ਹੈ, ਕਈ ਵਾਰੀ ਫਿਰ ਆਪਾਂ ਕੋਈ ਨਾ ਕੋਈ ਸੋਸ਼ਲ ਵਿਸ਼ਾ ਲੈ ਕੇ ਉਹਦੇ 'ਤੇ ਗੱਲ ਕਰੀਦੀ ਹੈ। ਪਰ ਉਸ ਤੋਂ ਪਹਿਲਾਂ ਜਿਹੜਾ ਮੇਲ ਬਾਕਸ ਹੁੰਦਾ, ਤੁਹਾਡੇ ਸੁਨੇਹੇ ਜਿਹੜੇ ਹੁੰਦੇ ਆ, ਈਮੇਲਾਂ ਹੁੰਦੀਆਂ, ਜਾਂ ਵੈਸੇ ਵਰਬਲੀ ਪੁੱਛੇ ਹੁੰਦੇ ਸਵਾਲ, ਜਾਂ ਫਿਰ ਮੈਸੇਜ ਫੋਨ 'ਤੇ ਆਉਂਦੇ ਨੇ, ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੀਦੀ ਹੈ। ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦਾ ਮੇਲ ਬਾਕਸ, ਯਾਨੀ ਕਿ ਸੁਨੇਹੇ ਸੱਜਣਾਂ ਦੇ। ਕੀ ਨੇ ਸੁਨੇਹੇ ਸੱਜਣਾਂ ਦੇ? ਲੋ, ਜਸਵੰਤ ਸਿੰਘ ਮਹਿਮੀ ਫਰਿਜਨੋ ਤੋਂ ਇਹਨਾਂ ਨੇ ਕਿਹਾ ਕਿ ਮੇਰਾ ਅਪੈਂਡਿਕਸ ਸ਼ਾਇਦ ਇੱਥੇ ਪੇਨ ਹੁੰਦੀ ਹੈ, ਅਪੈਂਡਿਕਸ ਦਾ ਆਪਰੇਸ਼ਨ ਹੋਣਾ ਹੈ, ਪਰ ਮੈਨੂੰ ਡਰ ਬਹੁਤ ਲੱਗਦਾ ਹੈ, ਜਦਕਿ ਡਾਕਟਰ ਕਹਿੰਦੇ ਹਨ ਕਿ ਡਰਨ ਦੀ ਲੋੜ ਨਹੀਂ, ਮੈਂ ਕੀ ਕਰਾਂ? ਲਓ ਜੀ, ਡਾਕਟਰ ਕਹਿੰਦੇ ਆ ਡਰਨ ਦੀ ਲੋੜ ਨਹੀਂ, ਤਾਂ ਫਿਰ ਕਿਉਂ ਡਰ ਰਹੇ ਹੋ? ਵੈਸੇ ਵਾਕਿਆ ਹੀ ਡਾਕਟਰ ਕਹਿੰਦੇ ਵੀ ਛੋਟਾ ਜਿਹਾ ਆਪਰੇਸ਼ਨ ਹੁੰਦਾ, ਕੋਈ ਲੰਬਾ ਚੌੜਾ ਆਪਰੇਸ਼ਨ ਨਹੀਂ ਹੁੰਦਾ, ਪਰ ਜੇ ਨਹੀਂ ਕਰਾਉਂਦੇ ਤਾਂ ਬੜਾ ਤੰਗ ਕਰਦਾ। ਪਰ ਕਿਤੇ ਇਹ ਨਾ ਹੋਵੇ, ਇੱਕ ਸਾਡੇ ਵੀ ਚੰਡੀਗੜ੍ਹ ਦੇ ਵਿੱਚ, ਚੰਡੀਗੜ੍ਹ ਦੇ ਨੇੜੇ ਪਿੰਡ ਪੈਂਦਾ, ਉੱਥੋਂ ਕੋਈ ਬੰਦਾ ਗਿਆ ਸੀ ਆਪਰੇਸ਼ਨ ਕਰਾਉਣ ਅਪੈਂਡਿਕਸ ਦਾ। ਡਾਕਟਰ ਆਪਰੇਸ਼ਨ ਕਰਨ ਲੱਗਿਆ ਤਾਂ ਉਹ ਸਟਰੇਚਰ ਤੋਂ ਉੱਠ ਕੇ ਭੱਜ ਗਿਆ, ਘਰ ਆ ਗਿਆ। ਉਹ ਕਹਿੰਦੇ ਵੀ ਤੂੰ ਤਾਂ ਆਪਰੇਸ਼ਨ ਕਰਾਉਣ ਲੱਗਿਆ ਸੀਗਾ, ਜਿਹੜੇ ਉੱਥੇ ਅਟੈਂਡੈਂਟ ਸੀ ਉਹ ਵੀ ਮਗਰੇ ਭੱਜੇ ਘਰ ਆ ਗਏ, ਵੀ ਤੂੰ ਕਿਉਂ ਆ ਗਿਆ ਭੱਜ ਕੇ ਘਰ? ਅਸੀਂ ਤੈਨੂੰ ਉੱਥੇ ਦੇਖੀ ਜਾਂਦੇ ਵੀ ਤੇਰਾ ਆਪਰੇਸ਼ਨ ਹੋ ਕੇ ਬਾਹਰ ਆਏਗਾ, ਤੂੰ ਭੱਜ ਕੇ ਚਲੇ ਗਿਆ, ਚੱਕਰ ਕੀ ਹੋਇਆ? ਉਹ ਕਹਿੰਦਾ ਨਹੀਂ 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 ਮੈਂ ਜਦੋਂ ਆਪਰੇਸ਼ਨ ਕਰਾਉਣ ਲੱਗਿਆ ਤਾਂ ਨਰਸ ਕਹਿੰਦੀ ਸੀ ਵੀ ਕੋਈ ਨਹੀਂ ਡਰੋ ਨਾ, ਇਹ ਬਿਲਕੁਲ ਛੋਟਾ ਜਿਹਾ ਆਪਰੇਸ਼ਨ ਹੈ, ਡਰੋ, ਡਰਨ ਦੀ ਕੋਈ ਲੋੜ ਨਹੀਂ, ਇਹ ਛੋਟਾ ਜਿਹਾ ਆਪਰੇਸ਼ਨ ਹੈ। ਅਤੇ ਉਹ ਕਹਿੰਦੇ ਬੰਦੇ ਘਰ ਦੇ ਕਹਿੰਦੇ ਵੀ ਫਿਰ ਨਰਸ ਸਹੀ ਕਹਿੰਦੀ ਸੀ ਨਾ ਵੀ ਡਰਨ ਦੀ ਲੋੜ ਨਹੀਂ, ਛੋਟਾ ਜਿਹਾ ਆਪਰੇਸ਼ਨ ਹੈ। ਉਹ ਕਹਿੰਦਾ ਸਹੀ ਤਾਂ ਕਹਿੰਦੀ ਸੀ ਪਰ ਉਹ ਮੈਨੂੰ ਨਹੀਂ ਸੀ ਕਹਿ ਰਹੀ, ਉਹ ਆਪਰੇਸ਼ਨ ਕਰਨ ਵਾਲੇ ਡਾਕਟਰ ਨੂੰ ਕਹਿ ਰਹੀ ਸੀ, ਡਾਕਟਰ ਸਾਹਿਬ ਡਰੋ ਨਾ, ਛੋਟਾ ਜਿਹਾ ਆਪਰੇਸ਼ਨ ਹੈ, ਅਤੇ ਇਸ ਕਰਕੇ ਮੈਂ ਭੱਜ ਆਇਆ। ਉਹ ਕਹਿੰਦੇ ਵੀ ਫਿਰ ਤਾਂ ਭਾਈ ਤੂੰ ਸੱਚਾ ਹੀ ਭੱਜਾਂ, ਫਿਰ ਤਾਂ ਚੰਗਾ ਹੋਇਆ ਤੂੰ ਭੱਜ ਆਇਆ, ਨਹੀਂ ਤਾਂ ਪਤਾ ਨਹੀਂ ਤੇਰਾ ਉੱਥੇ ਕੀ ਬਣ ਜਾਂਦਾ। ਚਲੋ, ਅਗਲਾ ਸਵਾਲ ਜਿਹੜਾ ਰਫੀਕ ਮੁਹੰਮਦ ਸਾਹਿਬ ਐਲੇ ਤੋਂ ਇਹਨਾਂ ਨੇ ਪੁੱਛਿਆ ਕਿ ਜੱਗੀ ਭਾਈਜਾਨ ਤੁਹਾਡਾ ਪ੍ਰੋਗਰਾਮ ਰੋਜ਼ਾਨਾ ਦੇਖਦੇ ਹਾਂ, ਪਰ ਮੇਰਾ ਸਵਾਲ ਇਹ ਹੈ ਕਿ ਕਿਸੇ ਦੀ ਜਦੋਂ ਕੋਈ ਗਰਲ ਫਰੈਂਡ ਉਹਨੂੰ ਛੱਡ ਜਾਵੇ ਅਤੇ ਵਿਆਹ ਤੋਂ ਨਾ ਕਰ ਦੇਵੇ ਤਾਂ ਕੀ ਕਰਨਾ ਚਾਹੀਦਾ? ਸਬਰ ਹੀ ਕਰਨਾ ਚਾਹੀਦਾ ਜੀ, ਹੋਰ ਕਰ ਸਕਦੇ? ਹੋਰ ਕਰ ਵੀ ਕੀ ਸਕਦੇ, ਸਬਰ ਹੀ ਕਰਨਾ ਪਏਗਾ, ਹੋਰ ਕੁਛ ਨਹੀਂ ਕਰ ਸਕਦੇ। ਜਾਂ ਫਿਰ ਜਾ ਕੇ ਉਹਦੇ ਘਰ ਦੇ ਸ਼ੀਸ਼ੇ ਸ਼ੂਸ਼ੇ ਭੰਨ ਸਕਦੇ ਹਾਂ, ਪਰ ਉਹਦਾ ਪੰਗਾ ਇਹ ਹੈ ਮੁੜ ਕੇ ਸਾਰੀ ਉਮਰ ਜ਼ਮਾਨਤ ਨਹੀਂ ਹੁੰਦੀ ਇਹੋ ਜਿਹੇ ਕੇਸ ਦੇ ਵਿੱਚ। ਸੋ ਸਬਰ ਹੀ ਕਰੋ ਤਾਂ ਚੰਗਾ। ਵੈਸੇ ਇਹ ਜਿਹੜੀ ਛੱਡ ਗਏ ਜਾਂ ਦਿਲ ਟੁੱਟ ਗਏ, ਜਾਂ ਇਹ ਮੇਰੇ ਖਿਆਲ ਪਹਿਲੇ ਸਮਿਆਂ ਦੇ ਵਿੱਚ ਗੱਲਾਂ ਹੋਰ ਹੁੰਦੀਆਂ ਸੀ, ਹੀਰ ਰਾਂਝੇ ਦੇ ਕਿੱਸੇ ਜਦੋਂ ਸੁਣਦੇ ਹੁੰਦੇ ਸੀ, ਅੱਜ ਕੱਲ੍ਹ ਤਾਂ ਜਮਾਂ ਚੇਂਜ ਹੋ ਗਿਆ ਮਾਹੌਲ, ਚੇਂਜ ਹੋ ਗਿਆ। ਬੰਦਾ ਜਿਹਨੂੰ ਕੁੜੀ ਨੂੰ ਕਹਿੰਦਾ ਸੱਚਾ ਪਿਆਰ ਕਰਦਾ ਮੈਂ, ਉਹਦੇ ਬਿਨਾਂ ਰਹਿ ਨਹੀਂ ਸਕਦਾ, ਐਂ ਕਰਦਾ ਜਿਉਂ ਕਰਦਾ, ਅਤੇ ਉਹ ਕੁੜੀ ਚਾਰ ਕੁ ਦਿਨ ਨਾ ਗੱਲ ਕਰੇ, ਉਹਦੇ ਵੱਲ ਦੇਖੇ ਵੀ ਨਾ, ਅਤੇ ਪੰਜਵੇਂ ਕੁ ਦਿਨ ਨੂੰ ਕਿਸੇ ਹੋਰ ਕੁੜੀ ਮਗਰ ਲੱਗਿਆ ਹੁੰਦਾ, ਉਹ ਸੱਚਾ ਪਿਆਰ ਕਿਤੇ ਹੋਰ ਰਹਿ ਜਾਂਦਾ। ਅਤੇ ਸੋ ਇਹ ਅੱਜ ਕੱਲ੍ਹ ਇਹ ਗੱਲ ਹੈਗੀ ਵੀ ਇਹ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਸੋ ਤੁਹਾਡੇ ਜਾਂ ਫਿਰ ਇੱਕ ਇਹ ਹੋ ਸਕਦਾ ਵੀ ਭਾਈ ਸ਼ੀਸ਼ਾ ਸ਼ੀਸ਼ਾ ਚੰਗੀ ਤਰ੍ਹਾਂ ਦੇਖਿਆ ਕਿ ਕਿਉਂ ਵਿਆਹ ਤੋਂ ਨਾ ਕੀਤੀ ਉਹਨੇ, ਜਾਂ ਫਿਰ ਆਪਣੀਆਂ ਆਦਤਾਂ ਵੱਲ ਝਾਤੀ ਮਾਰੋ ਤਾਂ ਫਿਰ ਉਹਨੇ ਵਿਆਹ ਤੋਂ ਨਾ ਕੀਤੀ ਹੋਊਗੀ, ਹੋਰ ਤਾਂ ਕੋਈ ਕਾਰਨ ਹੋਣਾ ਨਹੀਂ। ਸੋ ਇਸ ਕਰਕੇ ਆਪਣੇ ਆਪ ਹੀ ਕਹਿੰਦੇ ਵੀ ਆਤਮ ਜਿਹੜਾ ਕੀ ਹੈ ਉਹ ਕਰੋ, ਜਿਹੜੀ ਆਪਣੇ ਆਪ ਨੂੰ ਆਪ ਸੋਚੋ, ਆਪਣੇ ਆਪ ਬਾਰੇ ਵਿਚਾਰ ਕਰੋ ਵੀ ਕਿੱਥੇ ਤੁਹਾਡੀ ਕਮੀ ਹੈ। ਠੀਕ ਹੈ, ਚਲੋ ਅੱਗੇ ਹੈ ਜੀ। ਜਸਪ੍ਰੀਤ ਕੌਰ ਮਿਸੀ ਸਾਗਰ ਤੋਂ ਇਹ ਕਹਿੰਦੀ ਜੀ ਵੀ ਮੇਰੇ ਬੱਚੇ ਮੇਰਾ ਕਹਿਣਾ ਨਹੀਂ ਮੰਨਦੇ, ਮੈਂ ਕੀ ਕਰਾਂ?
देखो जी, ये मेरे ख्याल कला तुहाडे नाल ही नहीं है। कोई भी कहने न्याणे मेरे ख्याल अजक नहीं मनते कहना न्याणे, बहुत न्याणे जां तां अपने आप नूं एडवांस समझते हैं। वैसे सियाने तां इह कहिंदे आ वी न्याणे जिहड़े ओह रब दा रूप हुंदे आ, ना रब दा कहना मोड़ सकदे आ ना न्याणे दा मोड़ सकदे आ। पर साढ़े एक दोस्त सी, उहने मैनूं पुछिआ सवाल इहदा वी कि यार गल इदां वी जदों आपां निक्के निक्के हुंदे सी ਉਦੋਂ ਇਹ ਰਿਵਾਜ਼ ਹੁੰਦਾ ਸੀ, ਚਾਹੇ ਉਦੋਂ ਪਿਰਤ ਹੁੰਦੀ ਸੀ, ਚਾਹੇ ਧਾਰਨਾ ਹੁੰਦੀ ਸੀ, ਚਾਹੇ ਜੋ ਮਰਜ਼ੀ ਇਹਨੂੰ ਕਹਿ ਲਓ, ਵੀ ਉਦੋਂ ਇਹ ਹੁੰਦੀ ਸੀ ਵੀ ਨਿਆਣੇ ਜਿਹੜੇ ਹੈਗੇ ਨੇ ਉਹ ਵੱਡਿਆਂ ਦਾ ਕਹਿਣਾ ਮੰਨਦੇ ਹੁੰਦੇ ਸੀ। ਅਤੇ ਹੁਣ ਜਦੋਂ ਅਸੀਂ ਵੱਡੇ ਹੋਏ ਹਾਂ, ਲੱਗਦਾ ਰਿਵਾਜ਼ ਚੇਂਜ ਹੋ ਗਿਆ। ਅੱਜ ਕੱਲ੍ਹ ਜਿਹੜੇ ਮਾਂ ਬਾਪ ਨੇ ਉਹਨਾਂ ਨੂੰ ਨਿਆਣਿਆਂ ਦਾ ਕਹਿਣਾ ਮੰਨਣਾ ਪੈਂਦਾ, ਕਹਿੰਦਾ ਯਾਰ ਸਾਡਾ ਕਹਿਣਾ ਕੋਈ ਕਦੋਂ ਮੰਨੂਗਾ। ਉਹ ਮੈਂ ਕਿਹਾ ਵੀ ਨਹੀਂ, ਐਡੀ ਗੱਲ ਨਹੀਂ, ਤੂੰ ਮਤਲਬ ਕਿ ਇੱਦਾਂ ਚੱਲੀ ਜਾਣਾ ਹੈਗਾ। ਸੋ ਨਿਆਣਿਆਂ ਦੀ ਗੱਲ ਕਰੀਏ ਤਾਂ ਨਿਆਣਿਆਂ ਨੂੰ ਸ਼ਾਇਦ ਸੁਸਾਇਟੀ ਦਾ ਫਰਕ ਪੈ ਗਿਆ। ਪਹਿਲੇ ਸਮੇਂ ਦੇ ਵਿੱਚ ਦੇਖੀਏ ਤਾਂ ਸਾਰਾ ਟੱਬਰ ਘਰ ਦੇ ਬਜ਼ੁਰਗ ਕੋਲੋਂ ਡਰਦਾ ਸੀ, ਚਾਹੇ ਉਹ 50-60 ਸਾਲ ਦੇ ਵੀ ਹੋ ਜਾਂਦੇ ਸੀ। ਬਜ਼ੁਰਗ 80-90 ਸਾਲ ਤੱਕ ਘਰ ਬੈਠਾ ਤਾਂ ਕਿਸੇ ਦੀ ਜ਼ਰੂਰਤ ਨਹੀਂ ਸੀ ਪੈਂਦੀ, ਬਾਪੂ ਕੋਲੋਂ ਮੰਜੇ ਤੋਂ ਹਿੱਲਿਆ ਨਹੀਂ ਜਾਂਦਾ ਹੁੰਦਾ ਸੀ, ਪਰ ਉਹਦੇ ਨੇੜੇ ਖੂੰਡਾ ਜ਼ਰੂਰ ਪਿਆ ਹੁੰਦਾ ਸੀਗਾ। ਇਹ ਵੀ ਪਤਾ ਵੀ ਉਹਨੇ ਉੱਠ ਕੇ ਮੈਂ ਉੱਠ ਕੇ ਕੁਛ ਨਹੀਂ ਕਹਿਣਾ, ਮੰਜੇ 'ਤੇ ਬੈਠਾ ਹੀ ਇਹੋ ਜਿਹਾ ਦਬਕਾ ਮਾਰਦਾ ਸੀਗਾ ਅਤੇ ਸਾਰੇ ਚੁੱਪ ਕਰ ਜਾਂਦੇ ਸੀ। ਉਹ ਬੰਦਿਆਂ ਦੀ ਗੱਲ ਛੱਡੋ, ਉਹ ਬਾਪੂ ਖੂੰਡੇ ਵਾਲਾ ਮੰਜੇ 'ਤੇ ਬੈਠਾ ਡੰਗਰਾਂ ਨੂੰ ਦਬਕਾ ਮਾਰਦਾ ਸੀ, ਜਿਹੜੇ ਡੰਗਰ ਸਿੱਧੇ ਹੋ ਜਾਂਦੇ ਸੀ। ਬਾਪੂ ਤਾਂ ਕੋਈ ਬੰਦੇ ਵਗਾਤਾ ਛੱਡ ਕੇ ਮਾਰੇ, ਫਿਰ ਕੀ ਕਰਾਂਗੇ। ਸੋ ਇਹ ਜੀ ਸਮੇਂ ਦੇ ਨਾਲ ਸਭ ਕੁਝ ਬਦਲ ਗਿਆ। ਹੁਣ ਤਾਂ ਇਹੀ ਆ ਵੀ ਨਿਆਣਿਆਂ ਦੀ ਗੱਲ ਮੰਨਣੀ ਪੈਂਦੀ, ਅੱਜ ਕੱਲ੍ਹ 'ਚ ਕੋਈ ਸ਼ੱਕ ਨਹੀਂ ਹੈਗੀ, ਕੁਛ ਨਹੀਂ ਕਰ ਸਕਦੇ। ਰਾਣੀ ਕੌਰ ਜੀ ਫੀਨਿਕਸ ਤੋਂ, ਇਹਨਾਂ ਨੇ ਇਹ ਸਵਾਲ ਬੜਾ ਕਸੂਤਾ ਜਿਹਾ ਪੁੱਛਿਆ, ਵੈਸੇ ਹੈ ਤਾਂ ਮੁਹਾਵਰੇ ਨਾਲ ਢੁੱਕਦਾ। ਕਹਿੰਦੇ ਜੀ ਇੱਕ ਕਹਾਵਤ ਹੈ ਕਿ ਚੋਰ ਨੂੰ ਨਾ ਮਾਰੋ, ਉਹਦੀ ਮਾਂ ਨੂੰ ਮਾਰੋ। ਇਹ ਕਿਉਂ ਕਿਹਾ ਜਾਂਦਾ, ਇਹ ਕਿਉਂ ਨਹੀਂ ਕਿਹਾ ਜਾਂਦਾ ਵੀ ਚੋਰ ਨੂੰ ਨਾ ਮਾਰੋ, ਇਹਦੇ ਪਿਓ ਨੂੰ ਮਾਰੋ? ਇਹ ਤਾਂ ਜੀ ਕਹਾਵਤਾਂ ਬਣਾਉਣ ਵਾਲਾ ਵੈਸੇ ਦੱਸ ਸਕਦਾ ਵੀ ਪਿਓ ਦਾ ਨਾਂ ਕਿਉਂ ਨਹੀਂ ਲਿਆ। ਵੈਸੇ ਅਮਰੀਕਾ ਦੀ ਗੱਲ ਕਰੀਏ ਜਾਂ ਕਨੇਡਾ ਦੀ ਗੱਲ ਕਰੀਏ, ਇਹਦੇ ਦੇ ਮੁਲਕ ਦੇ ਵਿੱਚ ਵੀ ਪਿਓ ਦੀ ਪੁੱਛਗਿੱਛ ਘੱਟ ਹੀ ਹੁੰਦੀ ਹੈ, ਮਾਂ ਦਾ ਹੀ ਨਾਮ ਮੂਹਰੇ ਆਉਂਦਾ। ਸ਼ਾਇਦ ਇਹ ਕਹਾਵਤ ਬਣਾਉਣ ਵਾਲਾ ਵੀ ਕੋਈ ਅੰਗਰੇਜ਼ ਹੋਊਗਾ ਪੁਰਾਣਾ, ਠੀਕ ਹੈ। ਡੋਂਟ ਕੈਲ ਚੋਰ, ਕੈਲ ਹਰ ਮਦਰ, ਨਹੀਂ ਕੈਲ ਹੈਜ ਮਦਰ, ਸੱਚ। ਹਾਂ, ਅੰਗਰੇਜ਼ੀ ਥੋੜ੍ਹੀ ਜਿਹੀ ਗਲਤ ਹੋ ਗਈ ਮੁਹਾਵਰਾ, ਪਰ ਅਸਲ ਦੇ ਵਿੱਚ ਇਹ ਸੀਗਾ ਰਾਣੀ ਜੀ, ਗੱਲ ਇੱਦਾਂ ਸੀਗੀ ਵੀ ਜਿਹੜੇ ਮੁਹਾਵਰੇ ਜਾਂ ਕਹਾਵਤਾਂ ਹੁੰਦੀ ਸੀ ਉਹਨਾਂ ਦਾ ਕੋਈ ਲੌਜਿਕ ਹੁੰਦਾ ਸੀ ਉਸ ਸਮੇਂ ਦੇ ਵਿੱਚ, ਅੱਜ ਵੀ ਹੈ ਲੇਕਿਨ ਅੱਜ ਥੋੜ੍ਹਾ ਜਿਹਾ ਚੇਂਜ ਹੋ ਗਿਆ, ਬਦਲ ਗਿਆ। ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਮੈਂ ਵੀ ਪਹਿਲਾਂ ਬੜਾ ਸੋਚਦਾ ਸੀ ਵੀ ਚੋਰ ਦੀ ਮਾਂ ਦਾ ਵਿਚਾਰੀ ਦਾ ਕੀ ਕਸੂਰ ਹੈ, ਉਹਨੂੰ ਕਹਿੰਦੀ ਵੀ ਜਾ ਕੇ ਚੋਰੀ ਕਰ, ਉਹ ਤਾਂ ਸਗੋਂ ਪਿੱਟਦੀ ਹੋਊ ਰੋਜ਼, ਵੀ ਨਾ ਇਹੋ ਜਿਹੇ ਪੰਗੇ ਲਿਆ ਕਰ, ਰੋਜ਼ ਪੁਲਿਸ ਖੜੀ ਰਹਿੰਦੀ, ਲੋਕਾਂ ਨੇ ਲਾਂਭੇ ਆਉਂਦੇ, ਨਾ ਇੱਦਾਂ ਦਾ ਕਰਿਆ ਕਰ, ਮਾਂ ਤਾਂ ਇੱਦਾਂ ਕਹਿੰਦੀ ਹੋਊ। ਅਤੇ ਇਹ ਕਿਉਂ ਕਹੀ ਜਾਂਦੇ ਵੀ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ? ਮੈਂ ਬੜਾ ਹੈਰਾਨ ਹੁੰਦਾ ਸੀਗਾ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਅਸਲ ਗੱਲ ਇਹ ਸੀ ਵੀ ਕੋਈ ਵੀ ਬੁਰਾਈ ਹੈਗੀ ਆ, ਉਹ ਬੁਰਾਈ ਖਤਮ ਕਰਨ ਨਾਲ ਗੱਲ ਖਤਮ ਨਹੀਂ ਹੋਣੀ, ਉਹਦੀ ਜੜ ਜਿਹੜੀ ਆ ਜੜ ਖਤਮ ਕਰਨੀ ਪੈਗੀ। ਕਿ ਜੇ ਕੋਈ ਬਿਮਾਰੀ ਆ ਸਾਨੂੰ ਲੱਗਦਾ ਵੀ ਉੱਪਰੋਂ ਉੱਪਰੋਂ ਅਸੀਂ ਉਹਦੇ ਕੁਛ ਲਾ ਕੇ ਜਾਂ ਖਾ ਕੇ ਕੋਈ ਦਵਾਈ ਗੋਲੀ ਤਾਂ ਉਹ ਸਾਨੂੰ ਲੱਗਿਆ ਵੀ ਠੀਕ ਹੋ ਗਈ ਆ, ਲੇਕਿਨ ਅੰਦਰੋਂ ਦੁਬਾਰੀ ਬਿਮਾਰੀ ਜਿਹੜੀ ਉਹ ਫਿਰ ਕਦੇ ਵੀ ਜਾਗ ਸਕਦੀ ਹੈ। ਸੋ ਇਹ ਕਹਾਵਤ ਇਸ ਕਰਕੇ ਬਣੀ ਸੀ ਵੀ ਚੋਰ ਨੂੰ ਨਾ ਮਾਰੋ, ਉਹਦੀ ਮਾਂ ਨੂੰ ਮਾਰੋ। ਪਿਓ ਦਾ ਪਤਾ ਨਹੀਂ, ਜ਼ਿਕਰ ਨਹੀਂ ਹੈਗਾ ਇਹਦੇ 'ਚ। ਚਲੋ ਖੈਰ, ਅਗਲਾ ਸਵਾਲ ਜਿਹੜਾ ਉਹ ਮੈਨੂੰ ਪਰਸਨਲੀ ਪੁੱਛਿਆ ਸੀ ਜਦੋਂ ਮੈਂ ਗਿਆ ਸੀ ਬੂਟਾ ਸਿੰਘ ਖੱਖ ਨੇ, ਕੱਲ੍ਹ ਦੀ ਮੈਂ ਗੱਲ ਕਰਦਾ ਸੀਗਾ, ਟਰਲਕ ਤੋਂ ਨਗੀਨਾ ਪੈਲਸ ਤੋਂ। ਉਹ ਕਹਿੰਦੇ ਜੀ ਵੀ ਜੱਗੀ ਜੀ, ਪੰਜਾਬ ਦੇ ਵਿੱਚੋਂ ਜਾਂ ਭਾਰਤ ਦੇ ਵਿੱਚੋਂ ਭ੍ਰਿਸ਼ਟਾਚਾਰ ਕਦੋਂ ਖਤਮ ਹੋਊਗਾ? ਦੇਖੋ ਜੀ, ਇਹ ਤਾਂ ਜਵਾਹਰ ਲਾਲ ਨਹਿਰੂ ਵੀ ਕਹਿ ਗਏ ਸੀ, ਇਟਸ ਪਾਰਟ ਆਫ ਦਾ ਸੱਭਿਆਚਾਰ, ਯਾਨੀ ਕਿ ਕਲਚਰ ਦਾ ਸਾਡੇ ਦਾ ਪਾਰਟ ਹੈਗਾ ਜਿਹੜਾ ਭ੍ਰਿਸ਼ਟਾਚਾਰ ਹੈਗਾ, ਰਿਸ਼ਵਤ ਹੈਗੀ ਆ। ਜੇ ਉਹ ਪ੍ਰਧਾਨ ਮੰਤਰੀ ਸਾਡੇ ਮੁਲਕ ਦਾ ਇਹ ਕਹਿ ਗਿਆ ਤਾਂ ਮੈਂ ਕਿਹਦੇ ਪਾਣੀ ਹਾ ਰਿਹਾ? ਵੈਸੇ ਸਾਡੀ ਇੱਕ ਕੈਸਟ ਦੇ ਵਿੱਚ ਆਇਆ ਸੀ ਵਿਅੰਗ, ਵਿਅੰਗ ਕਹਿ ਲਓ, ਜੋਕ ਨਹੀਂ ਮੈਂ ਕਹਿ ਸਕਦਾ, ਵਿਅੰਗ ਅਤੇ ਜੋਕ ਵਿੱਚ ਫਰਕ ਹੁੰਦਾ, ਵਿਅੰਗ ਅਤੇ ਚੁਟਕਲੇ ਵਿੱਚ ਫਰਕ ਹੁੰਦਾ। ਕੈਸਟ ਦੇ ਵਿੱਚ ਆਇਆ ਸੀ, ਅਗਰ ਮੈਂ ਤੁਹਾਨੂੰ ਉਹ ਸੁਣਾ ਦੇਵਾਂ ਤਾਂ ਸ਼ਾਇਦ ਤੁਹਾਨੂੰ ਪਤਾ ਲੱਗ ਜੂ ਕਿ ਭਾਰਤ ਦੇ ਵਿੱਚੋਂ ਭ੍ਰਿਸ਼ਟਾਚਾਰ ਕਦੋਂ ਖਤਮ ਹੋਊ। ਇੱਕ ਵਾਰੀ ਕਹਿੰਦੇ ਆ ਜੀ ਵੀ ਇੱਕ ਇੰਗਲੈਂਡ ਦਾ ਅਤੇ ਇੱਕ ਅਮਰੀਕਾ ਦਾ ਅਤੇ ਇੱਕ ਭਾਰਤ ਦੇ ਕੁਛ ਮੋਹਤਵਾਰ ਬੰਦੇ ਧਰਮ ਰਾਜ ਕੋਲ ਚਲ ਗਏ। ਪਹਿਲਾਂ ਅਮਰੀਕਾ ਵਾਲੇ ਨੇ ਪੁੱਛਿਆ ਵੀ ਸਾਡੇ ਮੁਲਕ ਦੇ ਵਿੱਚ ਕਾਫੀ ਜਿਹੜਾ ਕਰਪਸ਼ਨ ਹੈ, ਗਨ ਕਲਚਰ ਹੈ, ਕਾਫੀ ਕੁਛ ਹੈਗਾ, ਵੀ ਇਹ ਕਿੰਨੀ ਦੇਰ 'ਚ ਖਤਮ ਹੋਊਗਾ? ਧਰਮਰਾਜ ਜੀ, ਧਰਮਰਾਜ ਜੀ ਨੇ ਕਹਿੰਦੇ ਵੇਹੀ ਖਿੱਤੇ ਖੋਲ੍ਹੇ ਹੈ, ਦੇਖੋ ਖੁੱਲ੍ਹ ਕੇ ਦੇਖ ਕੇ, ਕਹਿੰਦੇ ਜੀ 45 ਸਾਲ ਲੱਗਣਗੇ।
ਕਹਿੰਦੇ ਵੀ ਅਮਰੀਕਾ ਦਾ ਜਿਹੜਾ ਰਾਸ਼ਟਰਪਤੀ ਸੀ ਜਾਂ ਜੋ ਵੀ ਸੀ ਉੱਥੇ ਗਿਆ ਉਹ ਰੋਣ ਲੱਗ ਪਿਆ। ਧਰਮਰਾਜ ਜੀ ਕਹਿੰਦੇ ਰੋਂਦਾ ਕਿਉਂ? ਉਹ ਕਹਿੰਦਾ ਮੈਂ ਸੋਚਦਾ ਸੀ ਮੇਰੇ ਜੀਂਦੇ ਜੀ ਮੈਂ ਆਪਣਾ ਸਾਫ਼ ਸੁਥਰਾ ਅਮਰੀਕਾ ਦੇਖ ਲੈਂਦਾ ਤਾਂ ਵਧੀਆ ਹੁੰਦਾ, ਹੁਣ ਮੇਰੇ ਮਰਨ ਤੋਂ ਬਾਅਦ ਸਾਫ਼ ਸੁਥਰਾ ਹੋਊਗਾ। ਚਲੋ ਕੋਈ ਗੱਲ ਨਹੀਂ। ਇੰਗਲੈਂਡ ਵਾਲੇ ਨੂੰ ਪੁੱਛਿਆ ਤਾਂ ਉਹਦੇ ਵਹੀ ਖਾਤੇ ਖੋਲ੍ਹ ਕੇ ਧਰਮਰਾਜ ਨੇ ਫਿਰ ਕਹਿੰਦਾ ਵੀ ਇਹਨੂੰ 55 ਸਾਲ ਲੱਗਣਗੇ। ਉਹ ਵੀ ਰੋਣ ਲੱਗ ਪਿਆ ਵੀ ਮੈਂ ਆਪਦੇ ਜੀਂਦੇ ਜੀ ਆਪ ਸਾਫ਼ ਸੁਥਰਾ ਅਮਰੀਕਾ ਜਿਹੜਾ ਇੰਗਲੈਂਡ ਦੇਖ ਸਕਦਾ ਤਾਂ ਵਧੀਆ ਗੱਲ ਸੀ। ਚਲੋ ਖੈਰ ਆ ਗਈ ਵਾਰੀ ਜੀ ਆਪਣੇ ਇੰਡੀਆ ਵਾਲਿਆਂ ਦੀ। ਉਹਨਾਂ ਨੇ ਪੁੱਛਿਆ ਜੀ ਵੀ ਸਾਡੇ ਮੁਲਕ ਦੇ ਵਿੱਚ ਤਾਂ ਪਤਾ ਹੀ ਨਹੀਂ ਕੌਣ ਕਿੱਥੋਂ ਕੀ ਭ੍ਰਿਸ਼ਟਾਚਾਰ ਹੁੰਦਾ, ਪੀਐਮ ਤੋਂ ਲੈ ਕੇ ਤਹਾਂ ਤੱਕ ਜਾਂਦਾ, ਕਈ ਵਾਰੀ ਤਾਂ ਪੀਐਮ ਤੱਕ ਵੀ ਚੱਲ ਜਾਂਦਾ। ਵੀ ਇਹ ਤਾਂ ਕਦੋਂ ਖਤਮ ਹੋਊ ਧਰਮਰਾਜ ਜੀ ਸਾਡਾ, ਦੱਸੋ ਬੜਾ ਬੁਰਾ ਹਾਲ ਭਾਰਤ ਦਾ, ਤਾਂ ਵੀ ਇਹਦਾ ਵੀ ਕੋਈ ਹੱਲ ਦੱਸੋ ਜਾਂ ਕਦੋਂ ਖਤਮ ਹੋਊ ਇਹ ਦੱਸੋ। ਉਹ ਕਹਿੰਦੇ ਵੀ ਧਰਮਰਾਜ ਆਪ ਰੋਣ ਲੱਗ ਪਿਆ। ਕਹਿੰਦੇ ਵੀ ਧਰਮਰਾਜ ਜੀ ਤੁਸੀਂ ਕਿਉਂ ਰੋਂਦੇ ਹੋ? ਉਹ ਕਹਿੰਦਾ ਵੀ ਮੇਰੇ ਜੀਂਦੇ ਜੀ ਤਾਂ ਹੋ ਨਹੀਂ ਸਕਦਾ, ਕੋਈ ਹੋਰ ਧਰਮਰਾਜ ਆਜੂ ਉਹ ਭਾਵੇਂ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦੇ, ਮੇਰੇ ਵੱਸ ਦਾ ਕੰਮ ਤਾਂ ਹੈ ਨਹੀਂ। ਸੋ ਜੇ ਧਰਮਰਾਜ ਨੇ ਇਹ ਕਹਿਤਾ, ਇਹ ਗੱਲਾਂ ਇਹ ਨਹੀਂ ਵੀ ਹੁਣ ਕਈ ਕਹਿ ਦਿੰਦੇ ਲੌਜਿਕ ਹੁੰਦਾ ਜਿੱਦਾਂ ਕੋਈ ਜੋਕ ਸੁਣਾਵੇ ਵੀ ਕੀੜੀ ਨੂੰ ਹਾਥੀ ਦਾ ਰਿਸ਼ਤਾ ਆਇਆ, ਕੀੜੀ ਨੇ ਮਨ੍ਹਾ ਕਰਤਾ ਅਤੇ ਕਹਿੰਦੇ ਮਨ੍ਹਾ ਕਿਉਂ ਕੀਤਾ? ਕੁੜੀ ਕਹਿੰਦੀ ਮੁੰਡੇ ਦੇ ਦੰਦ ਬਾਹਰ ਨੂੰ ਆ। ਐਂ ਜੁਟਕਲਾ ਸੁਣਾਉਣ ਵਾਲੇ ਸੁਣਾ ਤਾ ਨਾਲ, ਜਿਹੜਾ ਮੇਰੇ ਵਰਗਾ ਬੈਠੇ ਨਾ ਨਾ ਯਾਰ ਐਂ ਆ, ਸੱਚੀ ਗੱਲ ਤਾਂ ਨਹੀਂ ਹੋਣੀ ਇਹ, ਐਂ ਤਾਂ ਨਹੀਂ ਕਿਹਾ ਹੋਣਾ ਕੀੜੀ ਨੇ। ਸੋ ਇਹ ਵੀ ਹੁਣ ਕਈ ਹੋ ਸਕਦਾ ਲੌਜਿਕ ਇਹ ਹੋਵੇ ਕਈ ਬੰਦਿਆਂ ਦਾ, ਨਹੀਂ ਨਹੀਂ ਯਾਰ ਐਂ ਧਰਮਰਾਜ ਕਿੱਥੇ ਉੱਥੇ ਵਿਹਲਾ ਬੈਠਾ ਵੀ ਇਹਨਾਂ ਦੀ ਗੱਲ ਸੁਣਨ, ਸਾਰਿਆਂ ਦੀ ਗੱਲ ਸੁਣ। ਇੱਥੇ ਗੱਲਾਂ ਜਿਹੜੀਆਂ ਹੁੰਦੀਆਂ, ਅਸੀਂ ਸਾਡੇ ਬਹੁਤ ਸਾਰੇ ਜਿਹੜੇ ਪ੍ਰਚਾਰਕ ਨੇ, ਬਹੁਤ ਵਧੀਆ ਪ੍ਰਚਾਰਕ ਨੇ, ਸੇਧ ਦੇਣ ਵਾਲੇ ਸਾਨੂੰ ਪ੍ਰਚਾਰਕ ਨੇ, ਉਹਨਾਂ ਦੀਆਂ ਗੱਲਾਂ ਵਿੱਚ ਵੀ ਅਸੀਂ ਕੁਝ ਸਾਖੀਆਂ ਸੁਣਦੇ ਜਾਂ ਕੁਝ ਸੁਣਦੇ, ਇਹਦਾ ਮਤਲਬ ਇਹ ਨਹੀਂ ਕਿ ਉਹ ਉੱਥੇ ਬੈਠੇ ਸੀਗੇ ਉਦੋਂ, ਇਹਦਾ ਮਤਲਬ ਇਹ ਹੁੰਦਾ ਕਿ ਸਾਨੂੰ ਸਮਝਾਉਣ ਵਾਸਤੇ ਉਹ ਗੱਲਾਂ ਪਤਾ ਕਰਦੀਆਂ। ਮੈਂ ਇਹ ਚੀਜ਼ਾਂ ਆਪਣੇ ਆਪ ਨੂੰ ਸਮਝਾਉਣ ਲਈ ਜਿਹੜੇ ਤੁਹਾਡੇ ਨਾਲ ਸਾਂਝੀਆਂ ਕਰਦਾ ਉਹ ਕਰਦਾ। ਲਓ ਜੀ ਆਪਾਂ ਇੱਕ ਹੋਰ ਲਾਸਟ ਲੈ ਲੈਂਦੇ ਸਵਾਲ, ਟਾਈਮ ਹੈਗਾ ਜੇ 2 ਮਿੰਟ। ਹਰਮਨ ਮਹਿਤਾ ਇਹ ਵਿਨੀਪੈਗ ਤੋਂ ਇਹਨਾਂ ਨੇ ਪੁੱਛਿਆ, ਇਹ ਕਹਿੰਦੇ ਜੀ ਪੰਜਾਬ ਦੇ ਵਕੀਲਾਂ ਬਾਰੇ ਮਸ਼ਹੂਰ ਹੈ ਕਿ ਉਹ ਝੂਠ ਬਹੁਤ ਬੋਲਦੇ ਨੇ, ਕੀ ਵਾਕਿਆ ਵਕੀਲ ਝੂਠ ਬੋਲਦੇ ਆ? ਦੇਖੋ ਜੀ ਵਕੀਲ ਝੂਠ ਬੋਲਦੇ ਨਹੀਂ ਬੋਲਦੇ, ਪਰ ਵਕੀਲਾਂ ਦਾ ਕੰਮ ਇਹੀ ਹੈ ਕਿ ਜੇ ਵਕੀਲ ਕੋਲ ਤੁਸੀਂ ਚੱਲ ਜਾਓ ਜਾ ਕੇ ਦੇਖ ਲਿਓ, ਕਿਤੇ ਢੇਰਾਂ ਦਾ ਢੇਰ ਪਏ ਹੁੰਦੇ ਵਕੀਲਾਂ ਦੇ ਉੱਥੇ, ਓ ਸੋਰੀ ਢੇਰਾਂ, ਕਾਫੀ ਜਣੇ ਵਕੀਲ ਬੈਠੇ ਹੁੰਦੇ ਟੇਬਲ ਲਾ ਕੇ, ਕਿਤੇ ਵੀ ਚੱਲ ਜਾਓ। ਅਤੇ ਇਹ ਕਿਹਾ ਜਾਂਦਾ ਵਕੀਲਾਂ ਬਾਰੇ ਕਿ ਜਦੋਂ ਵਕੀਲ ਕੋਲ ਜਾਓ ਜੀ ਸਾਡੇ ਬੰਦੇ ਕੋਲੋਂ ਕਤਲ ਹੋ ਗਿਆ, ਕੀ ਕਰੀਏ, ਕੀ ਸਲਾਹ ਦਿੰਦੇ ਹੋ? ਉਹੋ ਹੀ ਵਕੀਲ ਤੁਹਾਨੂੰ ਕਹੂਗਾ ਬਾਈ ਫਿਕਰ ਨਾ ਕਰੋ, ਐਂ ਨਹੀਂ ਵਾਲ ਨਹੀਂ ਵਿੰਗਾ ਹੋਣ ਦਿੰਦੇ, ਪੈਸੇ ਤਾਂ ਤੁਹਾਡੇ ਲੱਗ ਜਾਣਗੇ ਪਰ ਬੰਦੇ ਦਾ ਵਾਲ ਨਹੀਂ ਵਿੰਗਾ ਹੋਣ ਦਿੰਦੇ, ਕਤਲ ਹੋ ਗਿਆ ਤਾਂ ਕੋਈ ਗੱਲ ਨਹੀਂ। ਉਸੇ ਵਕੀਲ ਕੋਲੋਂ ਦੂਏ ਦਿਨ ਹੋਰ ਬੰਦੇ ਭੇਜ ਦਿਓ ਵੀ ਸਾਡੇ ਬੰਦੇ ਦਾ ਕਤਲ ਹੋ ਗਿਆ, ਅਤੇ ਉਹਦਾ ਫਿਰ ਜਵਾਬ ਉਹ ਫਿਕਰ ਨਾ ਕਰੋ, ਐਨ ਮਹੀਨੇ ਦੇ ਵਿੱਚ ਫਾਂਸੀ 'ਤੇ ਲਟਕਾ ਲਾਂਗੇ, 2 ਮਹੀਨੇ 'ਚ ਫਾਂਸੀ ਨਾ ਟੰਗਿਆ ਤਾਂ ਕਿ ਉਹ ਇਹ ਵਕੀਲ ਉਹ ਇੱਦਾਂ ਹੀ ਮਤਲਬ ਜਿਹੜੇ ਹੈਗੇ ਨੇ ਇਹਨਾਂ ਦੀ ਆਦਤ ਹੁੰਦੀ ਹੈ। ਅਤੇ ਕੋਈ ਮੁੰਡਾ ਕਹਿੰਦਾ ਆਪਦੇ ਪਿਓ ਨੂੰ ਮੈਂ ਵਕੀਲ ਬਣਨਾ ਡੈਡੀ ਜੀ, ਉਹਦਾ ਪਿਓ ਕਹਿੰਦਾ ਵੀ ਨਹੀਂ ਪੁੱਤ ਮੇਰੀ ਤਮੰਨਾ ਮੇਰੀ ਇੱਛਾ ਵੀ ਮੈਂ ਤੈਨੂੰ ਜੱਜ ਬਣਾਵਾਂ। ਉਹ ਕਹਿੰਦਾ ਨਹੀਂ ਮੈਂ ਵਕੀਲ ਬਣਨਾ। ਉਹ ਕਹਿੰਦਾ ਪੁੱਤ ਜੱਜ ਵੱਡਾ ਹੁੰਦਾ, ਜੱਜ ਦੀ ਟੌਰ ਜ਼ਿਆਦਾ ਹੁੰਦੀ ਆ, ਜੱਜ ਕੋਲ ਸਹੂਲਤਾਂ ਜ਼ਿਆਦਾ ਹੁੰਦੀਆਂ, ਜੱਜ ਕੋਲ ਪਾਵਰ ਜ਼ਿਆਦਾ ਹੁੰਦੀ ਆ, ਮੈਂ ਇਸ ਕਰਕੇ ਮੈਂ ਚਾਹੁੰਦਾ ਤੂੰ ਜੱਜ ਬਣੇ। ਉਹ ਕਹਿੰਦਾ ਨਹੀਂ ਮੈਂ ਵਕੀਲ ਬਣਨਾ। ਉਹ ਕਹਿੰਦਾ ਵੀ ਚੱਲ ਤੂੰ ਵਕੀਲ ਬਣ ਜੀ, ਦੱਸ ਦੇ ਵਕੀਲ ਹੀ ਕਿਉਂ ਬਣਨਾ, ਜੱਜ ਕਿਉਂ ਨਹੀਂ ਬਣਨਾ? ਉਹ ਕਹਿੰਦਾ ਵੀ ਮੈਨੂੰ ਝੂਠ ਸੁਣਨ ਨਾਲੋਂ ਝੂਠ ਬੋਲਣਾ ਜ਼ਿਆਦਾ ਵਧੀਆ ਲੱਗਦਾ। ਸੋ ਹਿਸਾਬ ਲਾ ਲਓ ਵੀ ਕੀ ਹੁੰਦਾ। ਵੈਸੇ ਵਕੀਲਾਂ ਦਾ ਕਾਫੀ ਹਾਲਤ ਜਿਹੜੀ ਇਹ ਹੈਗੀ ਸੀਗੀ ਕਿ ਮਤਲਬ ਗੰਗਾਨਗਰ ਦੀ ਗੱਲ ਹੈ, ਬਹੁਤ ਲੋਕਾਂ ਨੇ ਇੱਕ ਸਮਾਂ ਹੁੰਦਾ ਪੰਜਾਬੀਆਂ ਦੀ ਆਦਤ ਹੁੰਦੀ ਵੀ ਜਿਹੜੇ ਕੰਮ ਮਗਰ ਪੈਂਦੇ ਆ ਉਹਦੇ ਮਗਰ ਹੀ ਪੈ ਤੁਰਦੇ, ਪੰਜਾਬੀ ਨਹੀਂ ਪੂਰੇ ਹਿੰਦੁਸਤਾਨੀ ਦੀ, ਭਾਰਤੀਆਂ ਦੀ ਗੱਲ ਕਰੀਏ ਤਾਂ। ਉਹ ਕੋਈ ਬੰਦਾ ਗਿਆ ਗੰਗਾਨਗਰ, ਉੱਥੇ ਕਾਲਜ ਜਿਹੜਾ ਲਾਅ ਕਾਲਜ ਹੈਗਾ ਉੱਥੇ ਲਾਅ ਕਰਨ ਗਿਆ, ਬੱਸ ਸਟੈਂਡ ਤੋਂ 3-ਵੀਲਰ ਵਾਲਾ ਕਰ ਲਿਆ ਉਹਨੇ ਕਾਲਜ ਵਾਸਤੇ, 3-ਵੀਲਰ ਵਾਲਾ ਆਟੋ ਰਿਕਸ਼ੇ ਵਾਲਾ ਉਹ ਕਰ ਲਿਆ ਜਾ ਰਹੇ, ਕਾਫੀ 5-7 ਕਿਲੋਮੀਟਰ ਦਾ ਫਰਕ ਹੋਣਾ ਉੱਥੇ ਕਾਲਜ ਹੋਣਾ, ਤਾਂ ਰਾਹ 'ਚੋਂ ਗੱਲੀ ਪੈ ਗਿਆ ਵੀ ਮੈਂ ਭਾਈ ਸਾਹਿਬ ਇੱਥੇ ਲਾ ਕਰਨ ਵਾਸਤੇ ਆਇਆ। ਉਹ ਕਹਿੰਦਾ ਅੱਛਾ ਜੀ, ਡਰਾਈਵਰ ਕਹਿੰਦਾ 3-ਵੀਲਰ ਵਾਲਾ, ਅੱਛਾ ਜੀ ਮੈਂ ਭਾਈ ਸਾਹਿਬ ਤਾਂ ਲਾ ਕਰਨ ਆਇਆ। ਦੇਖੋ ਲਾ ਬਹੁਤ ਵੱਡੀ ਚੀਜ਼ ਹੁੰਦੀ, ਲਾ ਕਰਕੇ ਬੰਦਾ ਬਹੁਤ ਵਧੀਆ ਜੋਬ ਮਿਲ ਜਾਂਦੀ, ਕੰਮ ਮਿਲ ਜਾਂਦਾ ਬੜਾ। ਉਹਦਾ ਹਾਂਜੀ ਅੱਛਾ ਜੀ, ਉਹ ਦੇਖੇ ਗੋਲੇ ਨਹੀਂ। ਉਹ ਕਹਿੰਦਾ ਅਸਲ 'ਚ ਯਾਰ ਮੈਂ ਤੇਰੇ ਨਾਲ ਲਾ ਬਾਰੇ ਗੱਲਾਂ ਕਰੀ ਜਾਂਦਾ, ਕਮਲ ਮਾਰੀ ਜਾਂਦਾ ਐਵੇਂ, ਹੁਣ ਤੈਨੂੰ ਵਿਚਾਰੇ ਨੂੰ 3-ਵੀਲਰ ਦੇ ਆਟੋ ਰਿਕਸ਼ਾ ਦੇ ਡਰਾਈਵਰ ਨੂੰ ਕੀ ਪਤਾ ਲਾ ਕੀ ਹੁੰਦਾ,
ਉਹ ਕਹਿੰਦਾ ਜੀ ਮੈਨੂੰ ਪਤਾ ਮੈਂ 3 ਸਾਲ ਪਹਿਲਾਂ ਦਾਅ ਹੀ ਕੀਤੀ ਹੋਈ ਹੈ, ਕੰਮ ਨਹੀਂ ਮਿਲਿਆ, ਫਿਰ ਉਦੋਂ ਬਾਅਦ ਆਟੋ ਚਲਾਉਣ ਲੱਗਿਆ। ਸੋ ਵਕੀਲਾਂ ਬਾਰੇ ਇਹੋ ਜਿਹੇ ਬੜੀਆਂ ਗੱਲਾਂ ਬਾਤਾਂ ਮਸ਼ਹੂਰ ਨੇ, ਤੁਹਾਡੇ ਨਾਲ ਅਕਸਰ ਕਰਦੇ ਵੀ ਰਹੀਦਾ। ਪਰ ਅੱਜ ਦੇ ਵਿਸ਼ੇ ਦੀ ਅਗਰ ਗੱਲ ਕਰੀਏ ਤਾਂ ਬ੍ਰੇਕ ਤੋਂ ਬਾਅਦ ਵਿਸ਼ੇ ਵੱਲ ਚੱਲਾਂਗੇ। ਵਿਸ਼ਾ ਵੈਸੇ ਧਰਮ ਦੇ ਨਾਲ ਤਾਂ ਨਹੀਂ ਆਪਾਂ ਜੋੜਦੇ ਕਦੇ ਵਿਸ਼ਾ, ਆਪਣਾ ਸੋਸ਼ਲ ਵਿਸ਼ਾ ਹੁੰਦਾ, ਪਤੀ ਪਤਨੀ ਦੇ ਨਾਲ ਜੋੜਾਂਗੇ ਅੱਜ ਦੇ ਵਿਸ਼ੇ ਨੂੰ। ਵੈਸੇ ਕਹਿੰਦੇ ਬਹੁਤ ਸਾਰੇ ਵਰਤ ਭਾਰਤ ਦੇ ਵਿੱਚ ਰੱਖੇ ਜਾਂਦੇ ਨੇ, ਬਹੁਤ ਸਾਰੇ ਵਰਤ ਬਣੇ ਹੋਏ ਨੇ, ਬਹੁਤ ਸਾਰੇ ਵਰਤ ਬੰਦਿਆਂ ਵਾਸਤੇ ਬਣੇ ਹੋਏ ਨੇ, ਬਹੁਤ ਸਾਰੇ ਵਰਤ ਇਹ ਰੱਖਿਆ ਕਿ ਫਲਾਨਾ ਵਰਤ ਰੱਖੋ ਤਾਂ ਕੁੜੀ ਸੋਹਣੀ ਮਿਲਦੀ ਹੈ, ਵਿਆਹ ਛੇਤੀ ਹੁੰਦਾ ਹੈ, ਕੁੜੀਆਂ ਵਾਸਤੇ ਬਹੁਤ ਸਾਰੇ ਵਰਤ ਨੇ, ਭੈਣਾਂ ਵਾਸਤੇ ਬਹੁਤ ਸਾਰੇ ਵਰਤ ਨੇ, ਬਹੁਤ ਸਾਰੇ ਵਰਤ ਹੈਗੇ ਨੇ। ਪਰ ਇੱਕ ਐਸਾ ਵਰਤ ਹੈਗਾ ਜਿਹਦੇ ਬਾਰੇ ਜੋਕ ਬਣੇ ਨੇ, ਬਾਕੀ ਹੋਰ ਕਿਸੇ ਵਰਤ ਬਾਰੇ ਕੋਈ ਜੋਕ ਨਹੀਂ ਬਣਿਆ। ਹਰ ਵਰਤ ਨੂੰ ਧਰਮ ਦੇ ਨਾਲ ਬੜੀ ਸ਼ਰਧਾ ਦੇ ਨਾਲ ਲੋਕ ਰੱਖਦੇ ਨੇ, ਕਿਵੇਂ ਰੱਖਦੇ ਨੇ, ਕਿਉਂ ਰੱਖਦੇ, ਉਹ ਗੱਲ 'ਚ ਆਪਾਂ ਨਹੀਂ ਪੈਣਾ। ਪਰ ਜਿਹੜਾ ਇੱਕ ਵਰਤ ਹੈਗਾ ਉਹਦੇ 'ਚ ਜੋਕ ਬੜੇ ਬਣੇ ਨੇ, ਉਹ ਆ ਕਰਵਾ ਚੌਥ ਦਾ ਵਰਤ ਜਿਹੜਾ ਕਿ ਭਾਰਤ ਦੇ ਵਿੱਚ ਅੱਜ ਸ਼ੁਰੂ ਹੋ ਗਿਆ। ਇਹਦੇ ਬਾਰੇ ਵੱਖਰੇ ਤਰੀਕੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਹਰ ਵਾਰ ਕਰੀਦੀ ਹੈ, ਪਰ ਬੇਨਤੀ ਪਹਿਲਾਂ ਇਹੀ ਹੈ ਵੀ ਇਹਨੂੰ ਅਸੀਂ ਕਿਸੇ ਧਰਮ ਦੇ ਨਾਲ ਨਹੀਂ ਜੋੜਾਂਗੇ। ਅਸੀਂ ਅੱਜ ਦੇ ਇਸ ਕਰਵਾ ਚੌਥ ਦੇ ਵਰਤ ਨੂੰ ਪਤੀ ਪਤਨੀ ਦੇ ਰਿਸ਼ਤੇ ਦੇ ਨਾਲ ਜੋੜ ਕੇ ਦੇਖਾਂਗੇ, ਦੋਹਾਂ ਦੀ ਆਪਸੀ ਨੋਕ ਝੋਕ ਦੇਖਾਂਗੇ, ਇਹਦੇ ਪਿੱਛੇ ਲੌਜਿਕ ਕੀ ਸੀ ਕੀ ਨਹੀਂ ਸੀ ਉੱਧਰ ਅਸੀਂ ਨਹੀਂ ਜਾਵਾਂਗੇ, ਪਰ ਇਹ ਗੱਲ ਮੰਨਣੀ ਪਏਗੀ। ਅਸੀਂ ਪੰਜਾਬ ਦੀ ਗੱਲ ਕਰੀਦੀ, ਹਮੇਸ਼ਾ ਪੰਜਾਬ ਦੀ ਕਰੀਦੀ, ਪੰਜਾਬੀਆਂ ਦੀ ਕਰੀਦੀ ਹੈ। ਪੰਜਾਬ ਦੇ ਵਿੱਚ ਜਿਹੜੇ ਵੀ ਪੰਜਾਬੀ ਹੈਗੇ ਨੇ, ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਨੇ, ਚਾਹੇ ਉਹ ਸਿੱਖ ਨੇ, ਚਾਹੇ ਈਸਾਈ ਨੇ, ਚਾਹੇ ਮੁਸਲਮਾਨ ਨੇ, ਸਾਰੀਆਂ ਲੇਡੀਜ਼ ਇਕੱਠੀਆਂ ਹੋ ਕੇ ਵਰਤ ਰੱਖਦੀਆਂ ਸੀ। ਚਲੋ ਆਪਾਂ ਉਸ ਚੱਕਰ ਨਹੀਂ ਪੈਣਾ, ਆਪਾਂ ਥੋੜ੍ਹੀ ਬਹੁਤ ਸ਼ੁਗਲ ਮੇਲੇ 'ਚ ਵੀ ਗੱਲ ਰੱਖਣ ਦੀ ਕੋਸ਼ਿਸ਼ ਕਰਨੀ ਹੈ, ਨਾਲ ਕੋਸ਼ਿਸ਼ ਕਰਨੀ ਇਹਦੇ ਵਿੱਚੋਂ ਸਾਨੂੰ ਕੁਛ ਸਿੱਖਣ ਨੂੰ ਵੀ ਲੱਭੇ, ਕੋਈ ਲੌਜਿਕ ਵੀ ਪਤਾ ਲੱਗੇ, ਜ਼ਰੂਰ ਤੁਹਾਡੀਆਂ ਕਾਲਾਂ ਦੇ ਵਿੱਚੋਂ ਇਸ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਇੱਕ ਵਾਰ ਫਿਰ ਪ੍ਰੋਗਰਾਮ ਲੈ ਕੇ, ਅਤੇ ਗੱਲਬਾਤ ਕਰਵਾ ਚੌਥ ਦੇ ਵਰਤ ਦੀ ਆਪਾਂ ਅਕਸਰ ਤਕਰੀਬਨ ਹਰ ਸਾਲ ਕਰੀਦੀ ਹੈ, ਕੁਛ ਨਾ ਕੁਛ ਚੰਗਾ ਮਾੜਾ ਕੱਢਣ ਦੀ ਕੋਸ਼ਿਸ਼ ਕਰੀਦੀ ਹੈ। ਅਕਸਰ ਸਾਡੇ ਦਰਸ਼ਕਾਂ ਦਾ ਇਹ ਜਵਾਬ ਹੁੰਦਾ ਕਿ ਐਵੇਂ ਵਾਧੂ ਪਖੰਡ ਹੈ, ਈਵਨ ਗੁਰਬਾਣੀ ਦੇ ਵਿੱਚ ਵੀ ਲਿਖਿਆ ਅਸੀਂ ਉੱਧਰਲੇ ਪਾਸੇ ਨਹੀਂ ਜਾਣਾ। ਜਿਹਦੀ ਧਾਰਨਾ ਹੈਗੀ ਹੈ ਵਰਤ ਦੇ ਵਿੱਚ ਤਾਂ ਉਹਨੂੰ ਅਸੀਂ ਇਹ ਨਹੀਂ ਕਹਿੰਦੇ ਵਰਤ ਨਹੀਂ ਰੱਖਣਾ ਚਾਹੀਦਾ ਜਾਂ ਵਰਤ ਦਾ ਕਿਉਂ ਕੀ ਮਤਲਬ ਹੈ, ਅਸੀਂ ਵੈਸੇ ਗੱਲ ਕਰਦੇ ਪਤੀ ਪਤਨੀ ਦੀ ਅਗਰ, ਕਿਉਂਕਿ ਇਹ ਵਰਤ ਜਿਹੜਾ ਇਹ ਪਤੀਆਂ ਦੀ ਲੰਬੀ ਉਮਰ ਵਾਸਤੇ ਰੱਖਿਆ ਜਾਂਦਾ, ਪਤੀ ਮੇਰਾ ਲੰਬੀ ਉਮਰ ਜੀਵੇ। ਅੱਛਾ ਊਂ ਭਾਵੇਂ ਘਰ ਬਣਦੀ ਨਾ ਹੋਵੇ, ਇਹ ਵੀ ਆਪਾਂ ਇੱਥੇ ਹੁਣ ਅੱਜ ਕੱਲ੍ਹ ਤਾਂ ਸਮਾਂ ਚੇਂਜ ਹੋ ਗਿਆ, ਅੱਜ ਕੱਲ੍ਹ ਵੀ ਸਾਡੇ ਪੰਜਾਬੀਆਂ ਨੂੰ ਪੁੱਛ ਲਈਏ ਸਵਾਲ, ਜੇ ਪੁੱਛ ਲਈਏ ਵੀ ਤੁਹਾਡੀ ਵਾਈਫ ਜਾਂ ਲੇਡੀਜ਼ ਨੂੰ ਪੁੱਛ ਲਈਏ ਵੀ ਤੁਸੀਂ ਕੀ ਵਰਤ ਰੱਖਦੇ ਹੋ, ਤਾਂ ਤਕਰੀਬਨ 70-80% ਦਾ ਜਵਾਬ ਇਹ ਹੋਊਗਾ ਰੱਖਦੇ ਸੀ, ਹੁਣ ਛੱਡਤੇ। ਬਈ ਇਹ ਦੇਖੋ ਕਹਿੰਦੇ ਵੀ ਹੁਣ ਕਿਉਂ ਛੱਡਤੇ, ਜਿਹਦਾ ਕਿ ਮੈਸੇਜ ਬੜੇ ਆਏ ਆ, ਮੇਰੀ ਵਾਈਫ ਵੀ ਪਹਿਲਾਂ ਰੱਖਦੀ ਸੀ ਵਰਤ ਜਦੋਂ ਪਿੰਡ ਹੁੰਦੇ ਸੀਗੇ, ਬਾਅਦ ਦੇ ਵਿੱਚ ਛੱਡਤਾ। ਵੀ ਬਾਅਦ ਦੇ ਵਿੱਚ ਹੁਣ ਲੰਬੀ ਉਮਰ ਦੀ ਲੋੜ ਨਹੀਂ ਹੈਗੀ ਬੰਦੇ ਨੂੰ ਇਹ ਪੁੱਛੇ, ਮੈਸੇਜ ਇੱਕ ਆਇਆ ਵੀ ਜਿਹੜੀ ਉਮਰ ਦਾ ਰੀਚਾਰਜ ਕਰਾਉਣਾ, ਮੋਬਾਈਲ ਦਾ ਰੀਚਾਰਜ ਕਰਾਉਣ ਵਾਸਤੇ ਪੈਸੇ ਲੱਗਦੇ ਨੇ, ਪੈਸੇ ਤੁਸੀਂ ਪਾਉਣ ਤਾਂ ਮੋਬਾਈਲ ਰੀਚਾਰਜ ਹੋ ਜਾਂਦਾ ਪੰਜਾਬ ਦੇ ਵਿੱਚ, ਅਤੇ ਉਮਰ ਰੀਚਾਰਜ ਕਰਾਉਣੀ ਹੈ ਤਾਂ ਘਰ ਵਾਲੀ ਨੂੰ ਹੁਣ ਮਹਿੰਗੇ ਮਹਿੰਗੇ ਗਹਿਣੇ ਅਤੇ ਸੂਟ ਸਾਟ ਲੈ ਕੇ ਦਿਓ, ਤੁਹਾਡੀ ਉਮਰ ਜਿਹੜੀ ਹੈ ਉਹ ਰੀਚਾਰਜ ਹੋ ਜਾਏਗੀ ਹੋਰ 10-20-50 ਸਾਲ ਵਾਸਤੇ। ਕਿਹਾ ਜਾਂਦਾ ਕਿ ਲੰਬੀ ਉਮਰ ਪਤੀ ਦੀ ਹੁੰਦੀ, ਚਲੋ ਖੈਰ ਅਸੀਂ ਇਸ ਪਾਸੇ ਨਹੀਂ ਪਾਈਏ, ਕਿਹੜੇ ਬਹੁਤ ਸ਼ਰਧਾ ਰੱਖਣ ਵਾਲਿਆਂ ਦੇ ਕਈ ਵਾਰ 19 ਕੀ ਹੋ ਸਕਦੀ ਹੋਊ, ਪਰਮਾਤਮਾ ਦੇ ਰੰਗ ਨੇ। ਪਰ ਅਸੀਂ ਪਤੀ ਪਤਨੀ ਦੇ ਰਿਸ਼ਤੇ ਦੀ ਜੇ ਗੱਲ ਕਰੀਏ ਤਾਂ ਕਹਿੰਦੇ ਬੜਾ ਗੂੜਾ ਰਿਸ਼ਤਾ, ਸਭ ਤੋਂ ਕਲੋਜ਼ ਰਿਲੇਸ਼ਨ ਹੈ, ਸਭ ਤੋਂ ਨੇੜੇ ਦਾ ਰਿਸ਼ਤਾ ਅਗਰ ਸਾਡਾ ਕੋਈ ਹੈਗਾ ਤਾਂ ਇਹ ਪਤੀ ਪਤਨੀ ਦਾ ਹੈਗਾ। ਅਸੀਂ ਮਾਂ ਬਾਪ ਤੋਂ ਵੀ ਕਿਸੇ ਨਾ ਕਿਸੇ ਗੱਲ ਦਾ ਉਹਲਾ ਰੱਖ ਲੈਂਦੇ ਹਾਂ, ਭੈਣ ਭਰਾ ਕੋਲ ਵੀ ਕੋਈ ਨਾ ਕੋਈ ਗੈਪ ਹੁੰਦਾ, ਸਾਡੇ ਵਿੱਚ ਦੋਸਤਾਂ ਦੇ ਵਿੱਚ ਮਾੜਾ ਮੋਟਾ ਗੈਪ ਹੁੰਦਾ, ਪਤੀ ਪਤਨੀ ਦੇ ਵਿੱਚ ਜਿਹੜਾ ਗੈਪ ਨਹੀਂ ਹੁੰਦਾ ਉਹ ਵੱਖਰੀ ਗੱਲ ਹੈ। ਵੀ ਬਾਹਲੇ ਕਈ ਜਿਹੜੀਆਂ ਗੱਲਾਂ ਹੁੰਦੀਆਂ ਉਹ ਘਰ ਵਾਲੇ ਛਪਾ ਲੈਂਦੇ, ਉਹ ਨਹੀਂ ਚੰਗੀਆਂ ਮਤਲਬ ਲੱਗਦੀਆਂ। ਕਰਵਾ ਚੌਥ ਦੇ ਵਰਤ ਦੀ ਗੱਲ ਕਰੀਏ, ਇੱਕ ਮੈਨੂੰ ਮੈਸੇਜ ਆਇਆ ਅੱਜ, ਅਤੇ ਉਹ ਕਹਿੰਦੇ ਜੀ ਵੀ ਇੰਟਰਨੈਟ ਬੜਾ ਫਾਸਟ ਆ ਪੰਜਾਬ ਦੇ ਵਿੱਚ, ਅੱਜ ਭਾਰਤ ਦੇ ਵਿੱਚ ਇੰਟਰਨੈਟ ਤਾਂ ਭੱਜਾ ਜਾਂਦਾ। ਮੈਂ ਕਿਹਾ ਵੀ ਇੰਟਰਨੈਟ ਇੰਨਾ ਫਾਸਟ ਕਿਵੇਂ ਹੋ ਗਿਆ, ਕਿਤੇ ਉਹਨਾਂ ਰਿਲਾਇੰਸ ਵਾਲਿਆਂ ਨੇ ਕੋਈ ਹੋਰ ਭਰਤਾ ਰੰਗ ਕੋਈ 7G 8G ਸ਼ੁਰੂ ਕਰਤਾ? ਉਹ ਕਹਿੰਦੇ ਨਹੀਂ ਜੀ ਨਹੀਂ, ਲੇਡੀਜ਼ ਦੇ ਹੱਥਾਂ ਨੂੰ ਮਹਿੰਦੀ ਲੱਗੀ ਆ ਤਕਰੀਬਨ ਸਾਰੀਆਂ ਦੇ, ਅਤੇ ਉਹ ਫਿਰ ਮੋਬਾਈਲ ਨਹੀਂ ਫੜ ਸਕਦੀਆਂ, ਤਾਂ ਉਦੋਂ ਫਿਰ ਇੰਟਰਨੈਟ ਫਾਸਟ ਹੋ ਗਿਆ ਸੀਗਾ। ਚਲੋ ਖੈਰ ਚੰਗੀ ਗੱਲ ਹੈ। ਇੱਕ ਹੋਰ ਬੰਦੇ ਨੂੰ ਮੈਂ ਕਿਹਾ ਵੀ ਯਾਰ ਕਰਵਾ ਚੌਥ ਦਾ ਵਰਤ ਆ ਗਿਆ ਵੀ ਕਿਵੇਂ ਆ? ਉਹ ਕਹਿੰਦਾ ਵੀ ਜਿਹੜੇ ਕਰਵਾ ਚੌਥ ਦਾ ਵਰਤ ਦਾ ਨਸ਼ਾ ਜਿਹਨਾਂ ਪਤੀਆਂ ਨੂੰ ਵੀ ਅੱਜ ਆਹ ਸਾਡੀ ਘਰਵਾਲੀ ਨੇ ਸਾਡੇ ਵਾਸਤੇ ਕਰਵਾ ਚੌਥ ਦਾ ਵਰਤ ਰੱਖਿਆ, ਕਹਿੰਦਾ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਬੇਸ਼ੱਕ ਪਤੀਆਂ ਦੀ ਇੱਕ ਦਿਨ ਜਿਹੜੀ ਹੈ ਸੇਵਾ ਬਹੁਤ ਚੰਗੀ ਤਰ੍ਹਾਂ BJP ਦੇ ਚੋਣ ਨਿਸ਼ਾਨ ਨਾਲ ਹੁੰਦੀ ਹੈ,
ਇੱਕ ਦਿਨ ਸੇਵਾ ਬੀਜੇਪੀ ਦੇ ਚੋਣ ਨਿਸ਼ਾਨ ਨਾਲ ਹੁੰਦੀ, ਮਤਲਬ ਫੁੱਲਾਂ ਨਾਲ ਹੁੰਦੀ ਹੈ। ਬਾਕੀ 364 ਦਿਨ ਬਹੁਤ ਸਾਰੇ ਪਤੀਆਂ ਦੀ ਸੇਵਾ ਕਾਂਗਰਸ ਦੇ ਚੋਣ ਨਿਸ਼ਾਨ ਅਤੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਨਾਲ ਕਹਿੰਦੇ ਹੁੰਦੀ ਹੈ। ਬਾਕੀ ਹੁੰਦੀ ਨਹੀਂ ਹੁੰਦੀ ਹੈ ਪਤਾ ਨਹੀਂ, ਪਰ ਇਹ ਸ਼ੁਗਲ ਮੇਲੇ ਦੀਆਂ ਪਤੀ ਪਤਨੀ ਦੀਆਂ ਗੱਲਾਂ ਜਿਹੜੀ ਬਣੀਆਂ। ਵੈਸੇ ਕਹਿੰਦੇ ਮੈਂ ਕਾਲਾਂ ਇਸ ਬ੍ਰੇਕ ਤੋਂ ਬਾਅਦ ਲੈਣੀਆਂ ਸ਼ੁਰੂ ਕਰੂੰਗਾ, ਤੁਹਾਨੂੰ ਮੈਂ ਦੱਸ ਦੇਵਾਂ। ਕਹਿੰਦੇ ਵੀ ਜਿਹੜਾ ਇਹ ਬਣਿਆ ਕਿਵੇਂ ਕਰਵਾ ਚੌਥ ਦਾ ਵਰਤ, ਮੈਂ ਵੀ ਜੋ ਗੱਲ ਕਿਤੇ ਪੜ੍ਹੀ ਹੈ ਤੁਹਾਡੇ ਨਾਲ ਸਾਂਝੀ ਕਰ ਲੈਣੀ। ਮੈਂ ਕਿਹੜਾ ਹੁਣ ਇੰਨਾ ਕੋਈ ਹੈਗਾ ਬਾਹਲਾ ਵੀ ਮੈਨੂੰ ਜਾਣਕਾਰੀ ਬਾਹਲੀ, ਇੱਧਰ ਉੱਧਰ ਪੜ੍ਹ ਕੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰ ਲੈਂ। ਕਹਿੰਦੇ ਵੀ ਇੱਕ ਵਾਰੀ ਪਤੀ ਆਪਣੀ ਪਤਨੀ ਨੂੰ ਪੇਕਿਆਂ ਤੋਂ ਉਹਦੇ ਸਹੁਰਿਆਂ ਨੂੰ ਜਾਣੀ ਕਿ ਆਪਦੇ ਪੇਕਿਆਂ ਨੂੰ ਲੈ ਕੇ ਜਾ ਰਿਹਾ ਸੀਗਾ, ਅਤੇ ਰਸਤੇ ਵਿੱਚ ਭੂਤ ਟੱਕਰ ਗਿਆ। ਪੈਦਲ ਜਾਂਦੇ ਸੀ, ਪੁਰਾਣੇ ਸਮੇਂ ਦੀ ਗੱਲ ਹੈ। ਭੂਤ ਕਹਿੰਦੇ ਭੂਤ ਦਾ ਦਿਲ ਆ ਗਿਆ ਉਹਦੀ ਪਤਨੀ 'ਤੇ, ਅਤੇ ਭੂਤ ਕਹਿੰਦਾ ਵੀ ਇਹ ਮੇਰੀ ਘਰ ਵਾਲੀ ਹੈ। ਉਹ ਆਦਮੀ ਕਹਿੰਦਾ ਮੇਰੀ ਹੈ, ਉਹ ਕਹਿੰਦਾ ਮੇਰੀ ਘਰ ਵਾਲੀ, ਉਹ ਕਹਿੰਦਾ ਮੇਰੀ ਹੈ। ਖਹਿਬਾਜ਼ੀ ਹੋ ਗਈ ਅਤੇ ਪਿੰਡ ਦੇ ਕਹਿੰਦੇ ਸਰਪੰਚ ਕੋਲ ਚਲ ਗਏ, ਜਿਹੜਾ ਪਿੰਡ ਨੇੜੇ ਸੀ, ਕੋਈ ਸਰਪੰਚ ਦੇ ਕੋਲ ਚਲ ਗਏ। ਸਰਪੰਚ ਕਹਿੰਦਾ ਵੀ ਹੁਣ ਕਿਵੇਂ ਤੈਅ ਕਰੀਏ ਵੀ ਕਿਹਦੀ ਘਰ ਵਾਲੀ ਹੈ, ਅਤੇ ਉਹ ਕਹਿੰਦਾ ਵੀ ਮੈਂ ਕਰਵਾ ਲੈ ਕੇ ਆਉਂਦਾ। ਕਰਵਾ ਜਾਣੀ ਕਿ ਸ਼ਾਇਦ ਕੁਝਾ ਟਾਈਪ ਕੁਛ ਹੁੰਦੀ ਛੋਟੀ ਚੀਜ਼, ਉਹ ਲੈ ਕੇ ਆਉਣਾ ਕਿ ਮੈਂ ਉਹਦੇ ਵਿੱਚ ਵੜ ਕੇ ਉਹਦੇ ਵਿੱਚੋਂ ਨਿਕਲ ਕੇ ਦਿਖਾਊਂਗਾ, ਜਾਂ ਫਿਰ ਇਹ ਨਿਕਲ ਕੇ ਦਿਖਾਵੇ, ਮੈਂ ਪ੍ਰੂਵ ਕਰਦਾ, ਜਾਂ ਇਹ ਕਰਕੇ ਦਿਖਾਵੇ। ਉਹ ਭੂਤ ਸੀਗਾ, ਕਹਿੰਦੇ ਭੂਤ ਤਾਂ ਕੁਛ ਵੀ ਕਰ ਸਕਦਾ। ਭੂਤ ਨੇ ਉਹ ਨਿਕਲ ਗਿਆ ਅਤੇ ਉਹ ਕਹਿੰਦਾ ਜੀ ਸਰਪੰਚ ਕਹਿੰਦਾ ਵੀ ਇਹਦੀ ਘਰ ਨਹੀਂ ਲੈ ਜਾ। ਤੂੰ ਕਹਿੰਦਾ ਵੀ ਭੂਤ ਜਦੋਂ ਲਿਜਾਣ ਲੱਗਾ ਤਾਂ ਉਹਨੇ ਸੋਚਿਆ ਵੀ ਮੈਂ ਤਾਂ ਭੂਤ ਹਾਂ, ਮੈਂ ਇਹਨਾਂ ਦੁੱਖ ਸੁੱਖ ਨਹੀਂ ਸਾਂਝਾ ਕਰ ਸਕਦਾ, ਮੈਂ ਇਹ ਤੋਂ ਕੀ ਕਰਾਉਣਾ, ਚਲ ਛੱਡੋ ਯਾਰ, ਦੇ ਦਿੰਦੇ। ਉਹਨੇ ਕਹਿੰਦੇ ਪਤਨੀ ਉਹਦੀ ਵਾਪਸ ਕਰਤੀ, ਵੈਲ ਤੇਰੀ ਪਤਨੀ ਹੈ, ਪਰ ਮੇਰੀ ਇੱਕ ਸ਼ਰਤ ਹੈ ਵੀ ਸਾਲ ਦੇ ਵਿੱਚ ਇੱਕ ਦਿਨ ਇਹ ਮੇਰੀ ਪੂਜਾ ਕਰਿਆ ਕਰੂਗੀ। ਮਤਲਬ ਉਹਨੇ ਇਹ ਨਹੀਂ ਕਿਹਾ ਵੀ ਪਤੀ ਦੀ ਪੂਜਾ, ਪਤੀ ਭੂਤ ਹੈ, ਇਹਦਾ ਮਤਲਬ ਇਹ ਨਹੀਂ ਹੈਗਾ। ਉਹਦੇ ਕਹਿਣ ਦਾ ਮਤਲਬ ਇਹ, ਜਿਹੜੀ ਮੈਂ ਕਿਤੇ ਪੜ੍ਹੀ ਇਹ ਗੱਲ ਵੀ, ਉਹਦੇ ਕਹਿਣ ਦਾ ਮਤਲਬ ਇਹ ਸੀ ਵੀ ਸਾਲ ਦੇ ਵਿੱਚ ਇੱਕ ਦਿਨ ਮੈਨੂੰ ਮੰਨਿਆ ਕਰੋਗੇ, ਮੇਰੇ ਮੇਰਾ ਕਰਕੇ ਤੁਸੀਂ ਭੁੱਖੇ ਰਿਹਾ ਕਰੋਗੇ, ਅਤੇ ਮੈਂ ਤੁਹਾਡਾ ਪਤੀ ਦੀ ਜਿਹੜੀ ਜ਼ਿੰਦਗੀ ਬਖਸ਼ੀ ਆ। ਇਹ ਕਿਹਾ ਜਾਂਦਾ ਵੀ ਉਹ ਉਸ ਦਿਨ ਤੋਂ ਇਹ ਘਰ ਵਾਲੀਆਂ ਕਹਿੰਦੇ ਪਤੀ ਦੀ ਪੂਜਾ ਨਹੀਂ ਕਰਦੀਆਂ, ਉਹ ਭੂਤ ਦੀ ਪੂਜਾ ਕਰਦੀਆਂ। ਚਲੋ ਖੈਰ, ਇਹ ਵੀ ਗੱਲ ਆ ਗਈ। ਵੈਸੇ ਜਿਹੜੇ ਇਹ ਵਰਤ ਹੈਗੇ ਆ ਕਰਵਾ ਚੌਥ ਦੇ ਵਰਤ, ਇਹ ਪਿੰਡਾਂ ਦੇ ਵਿੱਚ ਸਾਰੀਆਂ ਲੇਡੀਜ਼, ਮੈਂ ਅਕਸਰ ਦੇਖਿਆ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਪਿੰਡ ਦੇ ਵਿੱਚ, ਸਾਰੀਆਂ ਲੇਡੀਜ਼ ਦੇ ਵਿੱਚ ਸਾਡੀ ਮਦਰ ਵੀ ਸਾਰੀਆਂ ਬਹੁਤ ਸ਼ਰਧਾ ਦੇ ਨਾਲ ਇਹ ਵਰਤ ਨੂੰ ਰੱਖਿਆ ਜਾਂਦਾ। ਔਰ ਸ਼ਰਧਾ ਅਤੇ ਸਬਰ ਹੋਵੇ, ਸ਼ਰਧਾ ਅਤੇ ਵਿਸ਼ਵਾਸ ਹੋਵੇ ਤਾਂ ਕੁਛ ਵੀ ਕਹਿੰਦੇ ਹੋ ਸਕਦਾ। ਇਹਦੀਆਂ ਜਿਹੜੀਆਂ ਕਥਾਵਾਂ ਹੈਗੀਆਂ ਉਹਦੇ ਬਾਰੇ ਵੀ ਆਪਾਂ ਸੁਣਦੇ ਹਾਂ ਕਿ ਉਹਨੇ ਪਤੀ ਨੂੰ ਆਪਣੇ ਨੂੰ ਜਿਹੜੀ ਸ਼ਮਸ਼ਾਨ ਘਾਟ ਦੇ ਵਿੱਚ ਅੱਗ ਲੱਕੜਾਂ ਦੇ ਵਿੱਚੋਂ ਅੱਗ ਦੇ ਵਿੱਚੋਂ ਜਿੰਦਾ ਕਰ ਲਿਆ ਸੀ, ਕੁਛ ਇਸ ਤਰ੍ਹਾਂ ਦੀ ਸਤੀ ਪ੍ਰਥਾ ਨੂੰ ਰੋਕਣ ਵਾਸਤੇ ਜਦੋਂ ਗੱਲ ਹੋਈ ਸੀ। ਚਲੋ ਆਪਾਂ ਉੱਧਰਲੇ ਪਾਸੇ ਜੇ ਗੱਲ ਨਾ ਕਰੀਏ, ਅਤੇ ਵੈਸੇ ਕਰਵਾ ਚੌਥ ਦਾ ਵਰਤ ਜਿਹੜਾ ਕਹਿੰਦੇ ਵੀ ਜਾਨ ਦਾ ਖੌਫ ਮਤਲਬ ਹੁੰਦਾ, ਪਤਨੀ ਵਰਤ ਤੋੜ ਦੇਵੇ ਤਾਂ ਇਹ ਕਿਹਾ ਜਾਂਦਾ ਕਿ ਪਤੀ ਦੀ ਸਿਹਤ ਖਰਾਬ ਹੋ ਸਕਦੀ ਹੈ। ਔਰ ਬਹੁਤ ਸਾਰੀਆਂ ਪਤਨੀਆਂ ਅਕਸਰ ਇਹ ਦੇਖਣ ਵਿੱਚ ਆਇਆ ਵੀ ਕੋਈ ਮੰਗ ਰੱਖਣੀ ਹੋਵੇ ਤਾਂ ਉਦਣੇ ਰੱਖਣੀ ਆ, ਵੀ ਸੂਟ ਲੈ ਦਿਓ ਫਿਰ ਮੈਨੂੰ, ਜਾਂ ਸੋਨੇ ਸੱਟ ਲੈ ਦਿਓ, ਉਹਨੇ ਫਿਰ ਤੋੜਾਂ ਵਰਤ। ਅਤੇ ਜਿਹੜੇ ਹੁਣ ਆਮ ਬੰਦੇ ਹੈਗੇ ਆ ਉਹ ਕਹਿੰਦੇ ਨਹੀਂ 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 ਨਾ ਭਗਵਾਨ ਨੇ, ਲੈ ਦੂੰਗਾ ਦੇਖ ਲੈ ਦੂੰਗਾ। ਜੇ ਬੰਦਾ ਕਹੇ ਨਹੀਂ ਲੈ ਕੇ ਦਿੰਦਾ ਤੋੜਾਂ ਵਰਤ, ਫਿਰ ਘਰ ਲਈ ਰੋਟੀ ਚੱਕ ਲਓ ਜਾਂ ਲੱਗੀ ਖਾਣ, ਮੈਂ ਦੇਖ ਲੈਂਦੀ ਲਿਆ ਕੇ ਦਿੰਦਾ। ਚਲੋ ਖੈਰ, ਇਹ ਬਣੀਆਂ ਹੋਈਆਂ ਧਾਰਨਾਵਾਂ, ਉਦੋਂ ਬਾਅਦ ਇਹ ਖਤਮ ਹੋ ਗਿਆ ਰਿਵਾਜ਼ ਜਿਹੜਾ ਵਰਤ ਰੱਖਣ ਵਾਲਾ, ਬਹੁਤ ਘੱਟ ਗਿਆ ਅੱਜ ਕੱਲ੍ਹ। ਬਹੁਤ ਲੋਕ ਰੱਖਦੇ ਵੀ ਨੇ, ਬਹੁਤ ਸ਼ਰਧਾ ਨਾਲ ਰੱਖਦੇ ਨੇ, ਪਰ ਅੱਜ ਕੱਲ੍ਹ ਵਰਤ ਲੇਡੀਜ਼ ਬੇਸ਼ੱਕ ਨਹੀਂ ਰੱਖਦੀਆਂ, ਵਰਤ ਨਹੀਂ ਰੱਖਦੀਆਂ, ਪਰ ਉਹ ਓੜ ਪੋੜ ਸਾਰਾ ਵਰਤਣ ਵਾਲਾ ਜ਼ਰੂਰ ਕਰਨਾ ਚਾਹੁੰਦੀਆਂ। ਉਹ ਓੜ ਪੋੜ ਤੋਂ ਭਾਵ ਆ ਫਿਰ ਐਤਕੀ ਵਰਤਾਂ 'ਤੇ ਕੀ ਲੈ ਕੇ ਦਿਓਗੇ। ਬੰਦਾ ਕਹਿੰਦਾ ਵਰਤ ਤਾਂ ਤੂੰ ਰੱਖਣਾ ਹੀ ਨਹੀਂ, ਤਾਂ ਰੱਖਦੀ ਆ, ਲੈ ਲੈ ਵਰਤ ਰੱਖਣਾ ਨਹੀਂ ਰੱਖਣਾ ਨਾ, ਅਸੀਂ ਵਰਤਾਂ ਤਾਂ ਬਣਦਾ ਤਾਂ ਹੈ ਹੀ ਆ। ਹੁਣ ਪਿੰਡਾਂ ਦੇ ਵਿੱਚ ਵੀ ਇੱਕ ਲੜਕੀ ਦੇ ਮਾਪਿਆਂ 'ਤੇ ਇਹ ਵੀ ਬੜਾ ਵੱਡਾ ਭਾਰ ਹੁੰਦਾ ਸੀ, ਬਹੁਤ ਵੱਡਾ ਭਾਰ ਹੁੰਦਾ ਸੀਗਾ ਕਿ ਵਰਤ ਵੀ ਦੇ ਕੇ ਆਉਣੇ ਹੁੰਦੇ ਸੀ ਲੜਕੀ ਨੂੰ। ਵਰਤ ਰੱਖਦੇ ਨਹੀਂ ਰੱਖਦੇ, ਲੇਕਿਨ ਆਪਦੀ ਧੀ ਨੂੰ ਵਰਤ ਵੀ ਦੇ ਕੇ ਆਉਂਦੇ ਸੀਗੇ। ਫਿਰ ਚਲੋ ਸੂਟਾਂ ਸੱਟਾਂ ਵਾਲਾ ਵੀ, ਚਲੋ ਮੈਂ ਸਮਝਦਾ ਅੱਜ ਕੱਲ੍ਹ ਹੁਣ ਬਾਹਰਲੇ ਮੁਲਕਾਂ 'ਚ ਘੱਟ ਗਿਆ, ਆਪੋ ਆਪਣਾ ਕ੍ਰੈਡਿਟ ਕਾਰਡ, ਆਪੋ ਆਪਣੇ ਅਕਾਊਂਟ ਨੇ, ਅਤੇ ਕੋਈ ਬਾਹਲਾ ਕੋਈ ਇਸ ਤਰ੍ਹਾਂ ਦਾ ਦਬਾਅ ਨਹੀਂ ਪੈਂਦਾ ਕਿ ਇਸ ਤਰ੍ਹਾਂ ਦੀ ਧਮਕੀਆਂ ਦੀ ਗੱਲ ਜਾਂ ਨਹੀਂ ਹੁੰਦੀ ਵਰਤਾਂ ਵੁਰਤਾਂ ਦੀ। ਪਰ ਇੱਕ ਚੀਜ਼ ਜਿਹੜੀ ਚੰਗੀ ਮੈਨੂੰ ਇਹ ਲੱਗਦੀ ਹੈ, ਸਾਡੇ ਵੀ ਘਰ ਦੇ ਕਹਿੰਦੇ ਵੀ ਚਲੋ ਵਰਤ ਤਾਂ ਨਹੀਂ ਰੱਖਦੇ ਰੁਖਦੇ, ਅਤੇ ਵਰਤਾਂ 'ਤੇ ਉਹ ਖਾਣ ਪੀਣ ਵਾਲਾ ਸਮਾਨ ਬੜਾ ਵਧੀਆ ਹੁੰਦਾ, ਮੱਠੇ ਹੁੰਦੇ ਆ, ਹੋਰ ਮੇਰੇ ਖਿਆਲ ਫੇਂਗਣੀਆਂ ਹੁੰਦੀਆਂ, ਵੀ ਉਹ ਆਪਾਂ ਜ਼ਰੂਰ ਲਿਆ ਕੇ ਖਾਣੀ ਆ। ਅਤੇ ਬਹੁਤ ਸਾਰੇ ਮੈਂ ਗਿਆ ਜਦੋਂ ਸਟੋਰਾਂ ਦੇ ਉੱਪਰ, ਤਾਂ ਮੈਨੂੰ ਪਤਾ ਇਹ ਲੱਗਿਆ ਕਿ ਇਕੱਲੇ ਪੰਜਾਬੀ ਨਹੀਂ, ਗੋਰਿਆਂ ਨੂੰ ਹਾਲਾਂਕਿ ਵਰਤਾਂ ਬਾਰੇ ਪਤਾ ਨਹੀਂ, ਗੋਰਿਆਂ ਨੂੰ ਇਹ ਜ਼ਰੂਰ ਪਤਾ ਕਿ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਕੋਲ ਆਹ ਐਕਸਟਰਾ ਮਠਿਆਈਆਂ ਜਾਂ ਐਕਸਟਰਾ ਸਵੀਟਸ ਹੁੰਦੀਆਂ, ਅਤੇ ਉਹ ਤੁਸੀਂ ਬਣਾਈਆਂ ਨਹੀਂ ਹਜੇ। ਸੋ ਇਹ ਚੀਜ਼ਾਂ ਵਰਤਾਂ ਬਾਰੇ ਹੈਗੀਆਂ। ਅਤੇ ਵਰਤ ਜਿਹੜੇ ਹੈਗੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਲੋਕ ਨਹੀਂ ਰੱਖਦੇ, ਇਸੇ ਕਰਕੇ ਇੰਡੀਆ ਦੇ ਵਿੱਚ ਵਰਤ ਰੱਖਦੇ ਨੇ। ਇੰਡੀਆ ਦੇ ਵਿੱਚ ਜਿਹੜੇ ਹੈਗੇ ਨੇ 25-25ਵੀਂ
साल 50-50 साल ਵਿਆਹ ਨੂੰ ਹੋ ਗਏ, ਬੰਦਾ 50ਵੀਂ ਸਾਲਗਿਰਾ ਮਨਾ ਰਿਹਾ, ਕੋਈ 25ਵੀਂ ਮਨਾ ਰਿਹਾ, ਕੋਈ 35ਵੀਂ ਮਨਾ ਰਿਹਾ, ਅਤੇ ਕਿਉਂਕਿ ਉੱਥੇ ਵਰਤ ਅਤੇ ਗੋਰੇ ਜਿਹੜੇ ਨੇ ਉਹ ਹੋ ਸਕਦਾ 25ਵੇਂ ਸਾਲ 'ਚ 25ਵੀਂ ਨਾਲ ਮਨਾ ਰਹੇ ਹੋਣ। ਆਪਣੇ ਪੰਜਾਬ ਦਾ ਇੱਕ ਸੱਭਿਆਚਾਰ ਇਦੂ ਬਹੁਤ ਵਧੀਆ, ਇਦੂ ਬਹੁਤ ਵਧੀਆ, ਚਾਹੇ ਇਹ ਡਰ ਸਮਝ ਲਓ ਚਾਹੇ ਡਰਾਵਾ ਸਮਝ ਲਓ, ਇਕੱਠੇ ਰਹਿਣ ਦਾ ਇੱਕ ਬੜਾ ਵਧੀਆ ਤਰੀਕਾ ਹੈ। ਜਨਾਨੀਆਂ ਲੜਦੀਆਂ ਜਦੋਂ ਘਰ ਵਾਲੇ ਨਾਲ, ਉੱਥੇ ਪੰਜਾਬ ਦੇ ਵਿੱਚ ਵੀ ਲੜਦੀਆਂ, ਲੇਡੀਜ਼ ਲੜਦੀਆਂ, ਤਾਂ ਇੱਕੋ ਧਮਕੀ ਹੁੰਦੀ ਹੈ ਵਰਤਾਂ ਤੋਂ ਬਾਅਦ, ਵਰਤਾਂ ਵਰਤਾਂ ਦੀ ਗੱਲ ਜੇ ਨਾ ਕਰੀਏ, ਮੈਂ ਤਾਂ ਹੁਣ ਦੀ ਤੈਨੂੰ ਕੱਦ ਹੀ ਛੱਡ ਕੇ ਚਲੀ ਜਾਂਦੀ, ਮੈਂ ਤਾਂ ਨਿਆਣਿਆਂ ਦੇ ਮੂੰਹ ਨੂੰ ਚੁੱਪ ਬੈਠੀ ਹਾਂ, ਮੈਂ ਤਾਂ ਕੱਦ ਹੀ ਛੱਡ ਕੇ ਚਲ ਜਾਂਦੀ, ਮੈਂ ਨਿਆਣਿਆਂ ਕਰਕੇ ਬੈਠੀ ਹਾਂ। ਉਹ ਕਿਸੇ ਭਲੇ ਮਾਨਸ ਨੇ ਕਹਿ ਦਿੱਤਾ ਵੀ ਯਾਰ ਭਾਈ ਹੁਣ ਤਾਂ ਨਿਆਣੇ ਵੱਡੇ ਹੋ ਗਏ, ਹੁਣ ਚੱਲ ਜਾ। ਲੈ ਹੁਣ ਐਵੇਂ ਚੱਲ ਜਾ, ਮੈਂ ਹੁਣ ਤਾਂ ਮੈਂ ਪੁੱਤ ਪੋਤਿਆਂ ਦੇ ਮੂੰਹ ਦੇਖ ਕੇ ਜਾਊਂਗੀ, ਹੁਣ ਨਹੀਂ ਮੈਂ ਜਾਂਦੀ ਹੈਗੀ ਛੱਡ ਕੇ ਤੈਨੂੰ। ਚਲੋ ਐਂ ਲੱਗਦਾ ਕਈ ਵਾਰੀ ਪੰਜਾਬ ਦੇ ਵਿੱਚ, ਐਂ ਲੱਗਦਾ ਬਹੁਤ ਸਾਰੇ ਘਰਾਂ ਦੇ ਵਿੱਚ, ਸਾਰੇ ਘਰਾਂ ਦੀ ਗੱਲ ਆਪਾਂ ਹਮੇਸ਼ਾ ਨਹੀਂ ਕਰੀਦੀ, ਬਹੁਤ ਸਾਰੇ ਘਰਾਂ ਦੇ ਵਿੱਚ ਇਹ ਲੱਗਦਾ ਕਿ ਪਤੀ ਪਤਨੀ ਟ੍ਰੇਨ ਦੀਆਂ ਦੋ ਲਾਈਨਾਂ ਜਿਹੜੀਆਂ ਹੁੰਦੀਆਂ ਉਹ ਨੇ, ਚੱਲਣਾ ਵੀ ਇਕੱਠੇ ਹੀ ਆ, ਮਿਲਣਾ ਵੀ ਕਿਤੇ ਨਹੀਂ, ਚੱਲੀ ਜਾਣਾ ਤੂੰ ਉੱਧਰ ਮੈਂ ਉੱਧਰ, ਚੱਲੀ ਜਾਣਾ ਚੱਲੀ ਜਾਣਾ, ਐਂ ਜ਼ਿੰਦਗੀਆਂ ਲੰਘ ਜਾਂਦੀਆਂ ਸਾਡੀਆਂ। ਚਲੋ ਖੈਰ ਬਹੁਤ ਚੰਗੀ ਗੱਲ ਹੈ, ਮੈਂ ਸਲਿਊਟ ਕਰਦਾ ਲੇਡੀਜ਼ ਨੂੰ ਜਿਹੜੀਆਂ ਵਰਤ ਰੱਖਦੀਆਂ ਨੇ, ਪਤੀ ਚਾਹੇ ਜਿੰਨਾ ਮਰਜ਼ੀ ਨਿਕੰਮਾ ਹੋਵੇ, ਸ਼ਰਾਬੀ ਕਬਾਬੀ ਹੋਵੇ, ਉਹ ਵਰਤ ਰੱਖਦੀਆਂ ਸੀ। ਪਤੀ ਉਹਨੂੰ ਚਾਹੇ ਪੁੱਛੇ ਚਾਹੇ ਨਾ ਪੁੱਛੇ, ਚਾਹੇ ਸ਼ਰਾਬ ਪੀ ਕੇ ਆ ਕੇ ਕੁੱਟਦਾ ਹੋਵੇ, ਉਹ ਜਨਾਨੀਆਂ ਵਰਤ ਰੱਖਦੀਆਂ ਸੀ ਕਿ ਜਿਹੋ ਜਿਹਾ ਵੀ ਹੈ ਮੇਰਾ ਪਤੀ, ਮੇਰਾ ਸਾਈ ਹੈ, ਫਿਲਮਾਂ ਵੀ ਆਈਆਂ ਮੇਰਾ ਪਤੀ ਮੇਰਾ ਦੇਵਤਾ ਹੈ, ਇਹੋ ਜਿਹੀਆਂ। ਸੋ ਇਹ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਰਿਵਾਜ਼ ਹੈਗਾ, ਮੇਰੇ ਹਿਸਾਬ ਦੇ ਨਾਲ ਇਹੋ ਜਿਹਾ ਰਿਵਾਜ਼ ਚੱਲਦੇ ਰਹਿਣੇ ਚਾਹੀਦੇ ਆ। ਸੋ ਕਰਵਾ ਚੌਥ ਦੀ ਜੇ ਅਸੀਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਆ, ਉਹ ਹੁਣ ਆਪਾਂ ਕਿਹੜੀ ਗੱਲ ਕਰ ਸਕਦੇ, ਕੋਈ ਇਹ ਦੱਸ ਸਕਦੇ ਹਾਂ ਵੀ ਆਪਾਂ ਕਰਵਾ ਚੌਥ ਦੇ ਵਿੱਚ ਖਾਣ ਪੀਣ ਦਾ ਸਮਾਨ ਆਪਾਂ ਡਿਸਕਸ ਕਰ ਸਕਦੇ ਹਾਂ ਵੀ ਕੀ ਹੁੰਦਾ ਸੀਗਾ, ਸਵੇਰੇ ਸਵੇਰੇ ਕੀ ਖਾਧਾ ਜਾਂਦਾ ਸੀਗਾ, ਫਿਰ ਦੁਪਹਿਰ ਨੂੰ ਕੀ ਖਾਧਾ ਜਾਂਦਾ ਸੀ, ਫਿਰ ਸ਼ਾਮ ਨੂੰ ਕੀ ਖਾਧਾ ਜਾਂਦਾ ਸੀ, ਜਾਂ ਕੋਈ ਕਰਵਾ ਚੌਥ ਦਾ ਇੱਦਾਂ ਦਾ ਫਨੀ ਵਾਕਿਆ ਵੀ ਬਹੁਤ ਹੁੰਦੇ ਨੇ ਘਰਾਂ ਦੇ ਵਿੱਚ, ਅਕਸਰ ਦੇਖਿਆ ਕਿ ਕੋਈ ਨਾ ਕੋਈ ਫਨੀ ਵਾਕਿਆ ਵੀ ਹੋ ਜਾਂਦਾ, ਉਹ ਵੀ ਆਪਾਂ ਜਿਹੜਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰ ਸਕਦੇ ਹਾਂ। ਸੋ ਕਰਵਾ ਚੌਥ ਦੀ ਗੱਲ ਚੱਲਦੀ ਹੈ ਜੀ, ਕਰਵਾ ਚੌਥ ਦੀਆਂ ਗੱਲਾਂ ਬਹੁਤ ਸਾਰੀਆਂ ਨੇ, ਹਜ਼ਾਰਾਂ ਗੱਲਾਂ ਨੇ, ਚੰਗੀਆਂ ਗੱਲਾਂ ਬਹੁਤ ਨੇ, ਅਗਰ ਅਸੀਂ ਪੜ੍ਹੀਏ ਤਾਂ ਬੜਾ ਕੁਛ ਸਿੱਖਣ ਨੂੰ ਉਹਨਾਂ 'ਚੋਂ ਬੜਾ ਮਿਲਦਾ, ਅਤੇ ਅਗਰ ਅਸੀਂ ਦੂਜੇ ਪਾਸੇ ਜਾਈਏ ਪਤੀ ਪਤਨੀ ਦੇ ਰਿਸ਼ਤੇ ਵੱਲ ਜਾਈਏ, ਤਾਂ ਇਹਦੇ ਵਿੱਚ ਇਹਦੇ ਜਿੰਨਾ ਹਿਊਮਰ ਜਿੰਨਾ ਅਸੀਂ ਕਹਿ ਲਈਏ ਉਹ ਵੀ ਇਸ ਰਿਸ਼ਤੇ ਦੇ ਵਿੱਚ ਜਾਂ ਇਹਦੇ ਵਿੱਚ ਬੜਾ ਛੁਪਿਆ ਪਿਆ ਵਾ। ਕਿਸੇ ਵੀ ਤਰ੍ਹਾਂ ਦੀ ਗੱਲਬਾਤ ਜਿਹੜੀ ਹੈ ਉਹ ਆਪਾਂ ਪਤੀ ਪਤਨੀ ਦੇ ਰਿਸ਼ਤੇ ਬਾਰੇ ਕਰ ਸਕਦੇ ਹਾਂ ਕਿ ਕੀ ਕਰਵਾ ਚੌਥ ਦੇ ਵਰਤ ਰੱਖਣ ਨਾਲ ਰਿਸ਼ਤਾ ਮਜ਼ਬੂਤ ਹੁੰਦਾ, ਜਾਂ ਸਿਰਫ ਪਤੀ ਇੱਕ ਦਿਨ ਵਾਸਤੇ ਟੌਹਰ ਹੁੰਦੀ ਹੈ, ਬਾਕੀ ਤਾਂ ਫਿਰ ਉਹੀ ਕੁਛ ਹੁੰਦਾ। ਸੋ ਜਿਵੇਂ ਵੀ ਤੁਹਾਡਾ ਮਨ ਕਰੇ ਉਵੇਂ ਆਪਾਂ ਗੱਲਾਂ ਪਤਾ ਤੁਹਾਡੇ ਨਾਲ ਕਰ ਲੈਣੀਆਂ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਸਿਲਸਿਲਾ ਫਟਾਫਟ ਸ਼ੁਰੂ ਕਰਾਂਗੇ, ਦੇਖਦੇ ਰਹੋ ਜਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਅਤੇ ਗੱਲਾਂ ਬਾਤਾਂ ਅੱਜ ਚੱਲਦੀਆਂ ਨੇ ਕਰਵਾ ਚੌਥ ਦੇ ਨਾਲ ਸੰਬੰਧਿਤ, ਪਤੀ ਪਤਨੀ ਦੇ ਨਾਲ ਸੰਬੰਧਿਤ, ਖਾਸ ਤੌਰ 'ਤੇ ਗੱਲਾਂ ਬਾਤਾਂ ਚੱਲਦੀਆਂ ਨੇ। ਕੀ ਵਿਚਾਰ ਨੇ ਤੁਹਾਡੇ ਇਹਦੇ ਬਾਰੇ, ਤੁਹਾਡੀਆਂ ਕਾਲਾਂ ਲੈਂਦੇ ਹਾਂ, ਜਾਣਦੇ ਤੁਹਾਡੇ ਵਿਚਾਰ ਜੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਉੱਧਰੋਂ ਗੱਲਾਂ ਕਰਨ ਦੀ ਆਵਾਜ਼ ਆ ਰਹੀ ਹੈ। ਹੈਲੋ ਗੱਲਾਂ ਕਰਨ ਦੀ ਆਵਾਜ਼ ਆ ਰਹੀ ਹੈ, ਪਰ ਧਿਆਨ ਜਿਹੜਾ ਉਹ ਫੋਨ ਵੱਲ ਨਹੀਂ ਹੈਗਾ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਾਹ ਗਿਆਨ ਸਿੰਘ, ਸਤਿ ਸ਼੍ਰੀ ਅਕਾਲ। ਹੈਲੋ ਟਾਈਪ ਕਰ ਲੈ। ਹੈਲੋ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਗਿਆਨ ਸਿੰਘ ਜੀ, ਥੋੜ੍ਹਾ ਜਿਹਾ ਪਿੱਛੇ ਚੱਲਦਾ ਟੀਵੀ। ਹਾਂ ਹਾਂ, ਬੰਦ ਕਰਦਾ ਜੀ। ਹਾਂ ਥੋੜ੍ਹਾ ਘੱਟ ਕਰਨਾ ਪੈਣਾ। ਨਹੀਂ ਹਾਂ ਨਹੀਂ, ਮੈਂ ਆਪਣਾ ਆਪਣਾ ਵਿਚਾਰ ਹੈ, ਜਿੱਦਾਂ ਪਹਿਲਾਂ ਵੀ ਕਿਹਾ ਧਰਮ ਨਾਲ ਨਹੀਂ ਜੋੜਨਾ, ਇਹ ਹੈ ਤਾਂ ਚਲੋ ਰਿਵਾਜ਼ ਸਾਰੇ ਹੀ ਕਰ ਲੈਂਦੇ ਕਰਦੇ ਹੀ ਆ। ਹਾਂਜੀ ਹਾਂਜੀ, ਮੈਂ ਇੱਕ ਚੀਜ਼ ਵਿੱਚ ਇੱਕ ਚੀਜ਼ ਵਿਚਾਰ ਕਰਦਾ ਵੀ ਪਤਨੀ ਤਾਂ ਉਮਰ ਵਧਾਈ ਜਾਂਦੀ ਹੈ ਬੰਦੇ ਦੀ, ਤੇ ਕੀ ਬੰਦੇ ਨੂੰ ਲੋੜ ਨਹੀਂ ਆਪਣੀ ਕਾਰਵਾਈ ਦੀ ਉਮਰ ਵਧਾਉਣ ਦੀ? ਬਿਲਕੁਲ ਜੀ, ਉਹਦੀ ਉਮਰ ਬਹੁਤ ਵੱਧ ਜਾਵੇ ਬੰਦੇ ਦੀ, ਪਤਨੀ ਪਹਿਲਾਂ ਚੱਲ ਜਾਵੇ ਤੇ ਉਹ ਤਾਂ ਵਿਚਾਰਾ ਬਿਪਤਾ ਨੂੰ ਪੈ ਗਿਆ। ਸੋ ਮੇਰੇ ਦੇ ਹਿਸਾਬ ਨਾਲ ਦੋਵਾਂ ਰੱਖਣੇ ਚਾਹੀਦੇ ਆ, ਉਹ ਪਤਨੀ ਵਾਸਤੇ ਰੱਖੇ, ਉਹ ਪਤੀ ਵਾਸਤੇ ਰੱਖੇ, ਦੋਹਾਂ ਵਾਸਤੇ ਚਾਹੀਦਾ। ਅਗਰ ਅਗਰ ਇਹ 'ਚ ਸੱਚਾਈ ਹੈਗੀ ਆ ਤੇ ਪਤਨੀ ਦਾ ਸਗੋਂ ਜ਼ਿਆਦਾ ਜ਼ਰੂਰੀ ਹੈ, ਪਤਨੀ ਸਿਹਤ ਠੀਕ ਰਹਿਣੀ। ਨਹੀਂ ਨਹੀਂ, ਦੇਖੋ ਨਾ ਵੀ ਨਹੀਂ, ਬਰਾਬਰ ਬਰਾਬਰ ਉਮਰ ਹੋਣੀ ਚਾਹੀਦੀ ਆ। ਦੇਖਣਾ ਵੀ ਹੁਣ ਉਹ ਪਤੀ ਦੀ ਉਮਰ ਹਰ ਸਾਲ ਵਧਾਈ ਜਾਂਦੀਆਂ ਤੇ ਪਤਨੀ ਵੀ ਉਨੀ ਰਹਿ ਗਈ, ਤੇ ਉਹ ਜੇ ਪਤਨੀ ਪਹਿਲੋਂ ਚੜ੍ਹਾਈ ਕਰ ਗਈ ਤੇ ਪਤੀ ਤੋਂ 10-20 ਸਾਲ ਵਿਚਾਰਾ ਕੀ ਕਰੂ ਕਰਲਾ, ਉਹ ਤਾਂ ਬਿਲਤਾ ਚ ਪੈ ਗਿਆ। ਮੈਂ ਤਾਂ ਕਿੰਨਾ ਨੁਕਸਾਨ ਦੇ ਕੰਮ ਹੈਗਾ, ਇਹ ਥੋੜਾ ਜਿਹਾ ਚੇਂਜ ਹੋਣਾ। ਹਾਂ ਜੀ,
ਗਿਆਨ ਸਿੰਘ ਜੀ ਰੱਖਦੇ ਸੀ ਵਰਤ ਪਿੰਡਾਂ ਸਾਰੇ ਹੀ ਮੇਰੇ ਖਿਆਲ ਹਰ ਧਰਮ ਨਾਲ ਸੰਬੰਧਿਤ ਲੋਕ ਹਾਂ ਰੱਖਦੇ ਰੱਖਦੇ ਸੀ। ਸੀ ਮੈਨੂੰ ਪਤਾ ਰੱਖਦੇ ਸੀਗੇ ਹਾਂਜੀ ਇਹ ਤਾਂ ਨਹੀਂ ਜਦੋਂ ਮੈਂ ਫਿਰ ਉੱਥੇ ਗੱਲ ਲਿਆਉਣਾ ਜਿਲ੍ਹੇ ਫਿਰ ਤੁਸੀਂ ਉਹ ਦੂਏ ਪਾਸੇ ਲਾ ਲੈਣੇ ਆ। ਅਨਪੜ੍ਹਤਾ ਸੀਗੀ ਤੇ ਬਹੁਤ ਰਿਵਾਜ ਆਪਣੇ ਸੀਗੇ, ਜਿਵੇਂ ਜਿਵੇਂ ਲੋਕਾਂ ਨੂੰ ਸੋਝੀ ਆਈ ਗਈ ਆ ਉਹ ਘਟੀ ਹੌਲੀ ਹੌਲੀ ਘਟੀ ਗਏ ਆ, ਹਨਾ ਬਿਲਕੁਲ ਬਹੁਤ ਬਹੁਤ ਸਾਰੇ ਰਿਵਾਜ ਤਾਂ ਅਨਪੜ੍ਹਤਾ ਚ ਸੀਗੇ ਸਾਡੇ, ਬਿਲਕੁਲ ਸਹੀ ਠੀਕ ਨਹੀਂ ਬਿਲਕੁਲ ਸਹੀ। ਜਿਹੜੇ ਮੈਂ ਜਿਹੜੇ ਸਾਡੀ ਦਾਦੀ ਸੀਗੀ, ਦਾਦੀ ਤੋਂ ਉੱਪਰ ਪੜਦਾਦੇ ਪੜਦਾਦੀਆਂ ਸੀ, ਉਹਨਾਂ ਦੀਆਂ ਗੱਲਾਂ ਵੀ ਸੁਣਾਈਆਂ ਮੈਨੂੰ ਸਾਡੇ ਦਾਦੀ ਨੇ, ਮੇਰੇ ਕੋਲ 150 ਸਾਲ ਪੁਰਾਣੀਆਂ ਗੱਲਾਂ ਵੀ ਹੈਗੀਆਂ ਆ। ਬਹੁਤ ਪਿੱਛੇ ਅਨਪੜ੍ਹਤਾ ਸੀਗੀ, ਬਹੁਤ ਕੁਛ ਹੁੰਦਾ ਸੀਗਾ ਠੀਕ ਨਹੀਂ। ਉਹ ਜਿਵੇਂ 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 ਸਾਨੂੰ ਸੋਝੀ ਆਉਂਦੀ ਗਈ ਤੇਵੇਂ ਤੇਵੇਂ ਹੁਣ ਆਪੇ ਤਾਂ ਲੋਕੀ ਸਮਝਣ ਲੱਗ ਪਏ ਆ ਜੀ ਠੀਕ ਨਹੀਂ, ਆਪੇ ਸਮਝਣ ਲੱਗ ਗਈ ਪਏ ਨਾ ਬਿਲਕੁਲ ਤੇ ਸੋ ਇਸ ਕਰਕੇ ਬਾਕੀ ਇਹ ਉਹੋ ਹੀ ਲੋਕ ਕਹਿੰਦੇ ਆ ਵੀ ਇੱਕ ਮਿੰਟ ਇੱਕ ਸਾਹ ਵਾਧੂ ਨਹੀਂ ਆ ਸਕਦਾ ਜਿਹੜੇ ਵਰਤ ਰੱਖਦੇ ਵੀ ਨਾ। ਮੈਂ ਕਈ ਵਾਰੀ ਬਹਿਸ ਕਰਦਾ ਉਹਨਾਂ ਵੀ ਕੋਈ ਤੁਹਾਡੇ ਕਿਸੇ ਗ੍ਰੰਥ ਜਾਂ ਤੁਹਾਡੇ ਕਿਸੇ ਸ਼ਾਸਤਰ ਚ ਲਿਖਿਆ ਵੀ ਬੰਦੇ ਦਾ ਸਾਹ ਨਹੀਂ, ਉਹ ਕਿਤੇ ਜਿੰਨੇ ਲਿਖੇ ਉਹ ਨਹੀਂ ਆਉਣੇ, ਤੇ ਫਿਰ ਮੈਂ ਕਿਹਾ ਇਹ ਬਣਾਓ ਜਨਾਨੀ ਦੇ ਕਹਿਣ ਦਾ ਵੱਜ ਜਾਊਗਾ ਠੀਕ ਨਹੀਂ। ਇੱਕ ਹਾਂਜੀ ਇੱਕ ਵਧੀਆ ਰਿਵਾਜ ਅਸੀਂ ਕਹਿ ਸਕਦੇ ਤਾਂ ਮੌਕੇ ਦੀ ਜ਼ਰੂਰਤ ਸੀਗੀ ਜਦੋਂ ਇਹ ਹੋਣਗੇ ਉਦੋਂ ਹੋ ਸਕਦਾ ਘਰ ਵਾਲਿਆਂ ਨੂੰ ਘਰ ਵਾਲੀਆਂ ਨੂੰ ਪਤਨੀਆਂ ਨੂੰ ਕੋਈ ਵੈਸੇ ਸੂਟ ਸਾਟ ਨਹੀਂ ਜੁੜਦਾ ਹੋਏਗਾ ਤੇ ਬਹਾਨੇ ਸਿਰ ਇਹੋ ਜਿਹੇ ਰਿਵਾਜ ਬਣੇ। ਤੇ ਹੁਣ ਤੁਸੀਂ ਇਹ ਦੱਸੋ ਇੱਕ ਪਾਸੇ ਤੋਂ ਵਰਤ ਰੱਖਦੀ ਜਨਾਨੀ ਬੰਦੇ ਤਾਂ ਮਹੀਨੇ ਹੀ ਤਨਖਾਹ ਦੀ ਤੇ ਉਹ ਸਤਿਆਨਾਸ਼ ਕਰ ਦਿੰਦੀ ਆ ਨਾਲ, ਉਦੋਂ ਵੀ ਜ਼ਿਆਦਾ ਤੋਂ ਬੰਦੇ ਦਾ ਉਮਰ ਕਾਹਦੀ ਵਧੀ, ਉਹ ਮੈਂ ਕਹਿੰਦਾ ਹੋਰ ਘੱਟ ਗਈ। ਸਾਡੇ ਸਾਡੇ ਸਕੂਲ ਦੇ ਵਿੱਚ ਸਾਇੰਸ ਵਾਲੀ ਭੈਣ ਜੀ ਜਿਹੜੀ ਹੁੰਦੀ ਸੀ ਮੈਂ ਹਾਈ ਸਕੂਲ ਦੇ ਵਿੱਚ ਤੇ ਉਹ ਵੀ ਕਈ ਵਾਰੀ ਅਸੀਂ ਦੇਖਿਆ ਹੁੰਦਾ ਸੀ ਵੀ ਉਹ ਕਹਿੰਦੀ ਵੀ ਮੇਰਾ ਅੱਜ ਵਰਤ ਆਹ ਚੀਜ਼ਾਂ ਫਲਾਣੀਆਂ ਲੈ ਕੇ ਆਓ ਰੱਖੇ। ਚਲੋ ਮਿਹਰਬਾਨੀ ਜੀ ਚਲੋ ਹਾਂਜੀ ਉਹ ਹਜੇ ਤਾਂ ਚਲੋ ਜਿਵੇਂ ਕਹਿੰਦੇ ਹਾਸੇ ਗੱਲ ਹੈ ਵੀ ਬਾਕੀ ਇਹ ਵੀ ਮੰਨਦੇ ਹੋ ਲੋਕ ਵੀ ਇੱਕ ਸਾਹ ਵਾਧੂ ਨਹੀਂ ਆ ਸਕਦਾ ਜਿੰਨੇ ਲੈ ਕੇ ਉਹਨੇ ਆਉਣੇ ਆ। ਬਿਲਕੁਲ ਅਸੀਂ ਕੁੰਡਲੀਆਂ ਮਿਲਾਉਣੇ ਆ ਕਈ ਕੁਛ ਕਰਦੇ ਆ ਸਾਹ ਥੋੜੇ ਵੱਧਦੇ ਆ, ਤੇ ਉਹ ਇੱਕ ਇਹ ਆ ਵੀ ਉਹਨਾਂ ਦਾ ਲੈਣ ਦਾ ਢੰਗ ਖਾਣ ਦਾ ਢੰਗ ਬੋਝ ਤੇ ਪਾਉਣ ਦਾ ਉੱਤੇ ਵੀ ਪਤੀ ਦੇ ਵੱਧ ਤੋਂ ਵੱਧ ਲੈ ਲਈਏ, ਇਹੀ ਮੈਂ ਤਾਂ ਕਹੂੰਗਾ ਕਿ ਜਿਵੇਂ ਜਿਵੇਂ ਸੋਝੀ ਆਈ ਜਾਂਦੀ ਪਰ ਜੱਗੀ ਸਭ ਘਟੇ ਜਾਂਦੇ ਆਪਣੇ ਆਪਣੇ ਰਿਵਾਜ ਬਹੁਤ ਘਟੇ ਜਾਂਦੇ ਆ ਪਰੰਪਰਾਵਾਂ ਘਟੀ ਜਾਂਦੀਆਂ। ਮਿਹਰਬਾਨੀ ਹਾਂ ਦੇਖਣਾ ਪਹਿਲੋਂ ਹਾਂਜੀ ਇਸ ਤਰ੍ਹਾਂ ਕਰਕੇ ਹੈ। ਚਲੋ ਬਹੁਤ ਮਿਹਰਬਾਨੀ ਜੀ। ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ। ਹਾਂਜੀ ਜੱਗੀ ਵੀਰੇ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਪਹਿਲਾਂ ਮੈਂ ਫੋਨ ਤੁਹਾਡਾ ਚੱਕਿਆ ਤੇ ਪਹਿਲਾਂ ਆਵਾਜ਼ਾਂ ਆ ਰਹੀਆਂ ਸੀ ਪਰ ਸ਼ੁਰੂ ਕਰਨੀ ਚਾਹੁੰਦਾ ਕਿ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਕਾਫੀ ਸਮਾਂ ਪਹਿਲਾਂ ਲਾ ਲਓ ਤਕਰੀਬਨ ਪਿੰਡ ਦੀਆਂ ਔਰਤਾਂ ਦਾ ਇਹ ਮਤਲਬ ਨਹੀਂ, ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਸੀ ਵੀ ਕਿਹੜੀ ਹਿੰਦੂ ਧਰਮ ਨਾਲ ਸੰਬੰਧਿਤ ਆ, ਕਿਹੜੀ ਮੁਸਲਮਾਨ ਧਰਮ ਨਾਲ, ਕਿਹੜੀ ਸਿੱਖ ਧਰਮ ਨਾਲ ਸੰਬੰਧਿਤ ਆ, ਸਾਰੀਆਂ ਲੇਡੀਜ਼ ਜਾਂਦੀਆਂ ਸੀਗੀਆਂ ਉਹ ਕਥਾ ਸੁਣ ਜੀ। ਜੀ ਬਿਲਕੁਲ ਬਿਲਕੁਲ ਜੀ। ਤੇ ਜਿਹੜਾ ਇਹ ਵਰਤ ਕਰਵਾ ਚੌਥ ਰੱਖਣ ਜੰਮ ਜੰਮ ਕੇ, ਪਰ ਜਿਹੜੀਆਂ ਉੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਜੱਗੀ ਜੀ ਉਹ ਤਕਰੀਬਨ 90% ਨਕਲੀ ਆ, ਕਿਉਂਕਿ ਅੱਜ ਕੱਲ੍ਹ ਹਾਂ ਜਿੰਨਾ ਦੁੱਧ ਚਾਹੀਦਾ ਪੰਜਾਬ 'ਚ ਉਹਦੇ 50% ਪਸ਼ੂ ਆ, 50% ਦੁੱਧ ਨਕਲੀ ਆ। ਜੀ ਜੀ ਮਾੜਾ ਜਿਹਾ ਹੋਲਡ ਰੱਖਿਓ ਆਪਣਾ ਸੁਰਿੰਦਰ ਸਿੰਘ ਜੀ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਬਿਲਕੁਲ ਦਰੁਸਤ ਆ ਸੁਰਿੰਦਰ ਸਿੰਘ ਜੀ ਤੁਹਾਡੀ ਗੱਲ ਕਿ ਮਿਲਾਵਟ ਇਹਨਾਂ ਤਿਉਹਾਰਾਂ ਦੇ ਨਾਂ 'ਤੇ ਜਿੰਨੀ ਲੁੱਟ ਕਸੁੱਟ ਅਤੇ ਮਿਲਾਵਟ ਭਾਰਤ ਵਿੱਚ ਹੁੰਦੀ ਪੰਜਾਬ 'ਚ ਹੁੰਦੀ ਉਨੀ ਦੁਨੀਆਂ 'ਚ ਕਿਤੇ ਨਹੀਂ ਹੁੰਦੀ, ਕਿਤੇ ਨਹੀਂ ਹੁੰਦੀ ਜੀ। ਫਿਰ ਵੀ ਅਸੀਂ ਹਟਦੇ ਨਹੀਂ, ਪਰ ਚਲੋ ਜੇ ਕੋਈ ਕੋਸ਼ਿਸ਼ ਕਰਨੀ ਚਾਹੀਦੀ ਘਰ ਦੀਆਂ ਚੀਜ਼ਾਂ ਬਣਾ ਕੇ ਜੇ ਖਾਧੀਆਂ ਜਾਣ ਤਾਂ ਵਧੀਆ ਆ, ਪਰ ਬਾਜ਼ਾਰਾਂ 'ਚੋਂ ਤਾਂ ਫਿਰ ਉਹੀ ਗੰਢ ਮੰਦੇ ਮਿਲਦਾ। ਦੇਖੋ ਜੀ ਇੱਧਰਲੇ ਮੁਲਕਾਂ ਦੀ ਇੱਕ ਸਿਫਤ ਜਿਹੜੀ ਮੈਂ ਦੇਖੀ ਹੈ, ਸਾਡੇ ਬਹੁਤ ਸਾਰੇ ਘਰਾਂ ਦੇ ਵਿੱਚ ਪੰਜਾਬੀਆਂ ਦੇ ਘਰੇ ਸਾਰਾ ਕੁਛ ਬਣਾਉਂਦੇ ਨੇ, ਘਰੇ ਹੀ ਸਬਜ਼ੀਆਂ ਬੀਜੀਆਂ ਉਹੀ ਬਣਦੀਆਂ ਨੇ, ਅਤੇ ਘਰੇ ਹੀ ਜੇ ਕੋਈ ਬਣਾਉਣਾ ਹੈਗਾ ਅਤੇ ਉਹੀ ਪੁਰਾਣੇ ਘੜੇ ਆ ਗਏ, ਘਰੇ ਹੀ ਆਪਣਾ ਖੋਆ ਮਾਰ ਕੇ ਅਤੇ ਬਰਫੀ ਬਣਾ ਲੈਣੀ, ਘਰੇ ਹੀ ਆਹ ਫੇਂਗਣੀਆਂ ਵਗੈਰਾ ਸਾਰਾ ਕੁਛ ਵਧੀਆ ਲੱਗਦਾ। ਪੰਜਾਬ ਦਾ ਹਾਲ ਤਾਂ ਹੁਣ ਇਹ ਹੋਇਆ ਵੀ ਯਾਰ ਮੈਂ ਤੈਨੂੰ ਦੋ ਕੁ ਲਾਈਨਾਂ ਸੁਣਾਉਣਾ ਜੀ। ਕਹਿੰਦਾ ਆਪੇ ਬੀਜੇ ਕੰਡੇ ਹੁਣ ਪੈਰਾਂ 'ਚ ਵੱਜਦੇ, ਗੱਭਰੂ ਪੰਜਾਬ ਦੇ ਸੀ ਰਣ ਵਿੱਚ ਗੱਜਦੇ, ਹੋਇਆ ਕੀ ਜਵਾਨੀ ਨੂੰ ਜਵਾਬ ਕਿੱਥੋਂ ਦੇਵਾਂਗੇ, ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਕਿੱਥੋਂ ਦੇਵਾਂਗੇ, ਗੁਰੂਆਂ ਨੇ ਲਾ ਕੇ ਬੂਟਾ ਖੂਨ ਨਾਲ ਸਿੰਜਿਆ, ਰਾਖੀ ਜਿਹਨੇ ਕਰਨੀ ਸੀ ਨਸ਼ਿਆਂ ਨੇ ਪਿੰਜਿਆ, ਕੀਤੇ ਹੋਏ ਗੁਨਾਹਾਂ ਦਾ ਹਿਸਾਬ ਕਿੱਥੋਂ ਦੇਵਾਂਗੇ, ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਕਿੱਥੋਂ ਦੇਵਾਂਗੇ, ਖਾ ਖਾ ਕੇ ਨਸ਼ੇ ਹੋਈਆਂ ਸ਼ਕਲਾਂ ਡਰਾਉਣੀਆਂ, ਤੁਰਨਾ ਮੜਕ ਨਾਲ ਤੋਰਾਂ ਕਿੱਥੋਂ ਆਉਣੀਆਂ, ਸੁੱਕ ਰਹੀਆਂ ਫਸਲਾਂ ਨੂੰ ਆਪ
ਕਿੱਥੋਂ ਦੇਵਾਂਗੇ। ਬੁੱਢੇ ਹੋਏ ਮਾਪਿਆਂ ਦੀ ਬਣਨਾ ਡਗੋਰੀ ਸੀ, ਮੁੱਲ ਵੀ ਨਾ ਪਿਆ, ਜਿਹੜੀ ਕੁੱਟੀ ਉਹਨਾਂ ਚੂਰੀ ਸੀ, ਸੁੱਕਿਆਂ ਨੂੰ ਹਰੇ ਕਰੇ ਦਾਵ ਕਿੱਥੋਂ ਦੇਵਾਂਗੇ, ਟੁੱਟੀਆਂ ਤਾਰਾਂ ਨੂੰ ਦੱਸੋ ਕਿੱਥੋਂ ਕਿੱਥੋਂ ਜੋੜਾਂਗੇ, ਬੁੱਲਿਆ ਤੇ ਬਾਰਸ ਦਾ ਮੁੱਲ ਕਿੱਥੋਂ ਮੋੜਾਂਗੇ, ਬਾਬੇ ਦੇ ਸ਼ਬਦ ਤੇ ਰਵਾਬ ਕਿੱਥੋਂ ਦੇਵਾਂਗੇ, ਪੈਰਾਂ 'ਚ ਤਖਾਣ ਪਈਆਂ ਝੂਲਣ ਜਵਾਨੀਆਂ, ਭਾਰ ਨਹੀਂ ਹੋਣੀਆਂ ਪੀੜ੍ਹੀਆਂ ਤੁਹਾਨੀਆਂ, ਤੋਤਲੇ ਬੋਲਾਂ ਨੂੰ ਸੋਹਣੇ ਖੁਆਬ ਕਿੱਥੋਂ ਦੇਵਾਂਗੇ, ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਕਿੱਥੋਂ ਦੇਵਾਂਗੇ ਤੇ ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਕਿੱਥੋਂ ਦੇਵਾਂਗੇ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਸੁਰਿੰਦਰ ਸਿੰਘ ਜੀ, ਵਾਕਈ ਤੁਹਾਡੀ ਗੱਲ ਸਹੀ ਹੈ। ਸੋ ਕਾਲਾਂ ਜਿਹੜੀਆਂ ਹੈਗੀਆਂ ਮੈਂ ਚਲਦੀ ਕਾਲ ਦੇ ਵਿੱਚ ਹੋਲਡ ਕਰਨੀ ਔਖੀ ਹੁੰਦੀ ਹੈ, ਸੋ ਕੱਟ ਜਾਂਦੀਆਂ ਕਈ ਵਾਰੀ, ਦੁਬਾਰਾ ਕਰ ਲਿਆ ਕਰੋ। ਹੈਲੋ, ਹਾਂਜੀ ਭਾਈ ਜੀ, ਆ ਲਿਆ ਜੀ ਜੀ, ਸਤਿ ਸ਼੍ਰੀ ਅਕਾਲ ਜੀ, ਰਾਜਕੁਮਾਰ ਜੀ, ਹਾਂਜੀ ਪਹਿਲੀ ਗੱਲ ਆ ਜੀ, ਹੋਰ ਜੀ ਹੋਰ ਠੀਕ ਠਾਕ ਹੋ? ਬੱਲੇ ਬੱਲੇ ਬੱਲੇ। ਤੇ ਵਰਤ ਮੈਂ ਕਹਿੰਦਾ ਬੰਦੇ ਵੀ ਇੱਕ ਅੱਧਾ ਦਿਨ ਰੱਖ ਕੇ ਦੇਖਣ ਤਾਂ ਘਰ ਵਾਲੀ ਵਾਸਤੇ, ਤੇ ਮੈਂ ਤੁਹਾਡੇ ਕੋਲੋਂ ਬਹੁਤ ਸਿੱਖਦਾ ਹਾਂ। ਤੁਸੀਂ ਨਹੀਂ, ਇਹ ਚਾਹੀਦਾ ਘਰ ਵਾਲੀਆਂ ਨੂੰ, ਇਹ ਚਾਹੀਦਾ, ਇਹ ਕੋਈ ਵਰਤ ਤਿਆਰ ਕਰਨਾ ਚਾਹੀਦਾ ਵੀ ਜਿਹੜੇ ਪੀਣ ਪੂਣ ਵਾਲੇ ਬੰਦੇ ਆ ਵੀ ਉਹ ਆ ਹਫ਼ਤਾ ਜਾਂ ਆਹ ਮਹੀਨਾ ਇੱਕ ਨਾ ਪੀਣ। ਹਾਂ ਨਹੀਂ, ਮੈਂ ਛੱਡਤੀ ਭਾਜੀ। ਚਲੋ ਚਲੋ, ਸ਼ੁਗਰ ਦੀਆਂ ਗੱਲਾਂ ਲੱਗ ਉਦੋਂ ਉਦੋਂ ਦੀ ਪੀਤੀ ਆਪਾਂ ਜਦੋਂ ਬਸ ਆਪ ਇਕੱਠੇ ਹੋਏ ਸੀ। ਅੱਛਾ, ਮਾੜਾ ਜਿਹਾ ਹੋਲਡ ਰੱਖਿਓ, ਮਾੜਾ ਜਿਹਾ ਹੋਲਡ ਰੱਖਿਓ ਤੇ ਗੱਲ ਜਿਹੜੀ ਨਹੀਂ ਇਹਦੇ 'ਚ, ਚਲੋ ਗੱਲ, ਚਲੋ ਚਾਹੇ ਸ਼ੁਗਰ ਮੇਲੇ 'ਚ ਲੈ ਲਈਏ, ਉੱਦਾਂ ਲੈ ਲਈਏ ਕਿ ਇੱਕ ਚਾਹੀਦਾ ਨਹੀਂ ਵਰਤ ਕੋਈ ਇਹੋ ਜਿਹਾ ਰੱਖਣਾ ਵੀ ਪਤਨੀ ਦੀ ਉਮਰ ਵੀ ਲੰਬੀ ਚਾਹੀਦੀ ਹੈ, ਪਤਨੀ ਇਕੱਲੀ ਅੱਜ ਕੱਲ੍ਹ ਤਾਂ ਚਲੋ ਬਰਾਬਰ ਹੈ, ਅੱਜ ਕੱਲ੍ਹ ਤਾਂ ਅੱਗੇ ਆ ਹਸਬੈਂਡ ਨੂੰ ਪਤੀ, ਕਈ ਬਹੁਤ ਸਾਰੇ ਘਰਾਂ ਵਿੱਚ ਘਰ ਵਾਲੀਆਂ ਕੰਮ ਕਰਦੀਆਂ, ਬੰਦਾ ਵਿਹਲਾ ਬੈਠਾ ਕਰ ਲਈ ਸਾਰਾ ਘਰ ਚਲਾਉਂਦੀਆਂ ਇੱਧਰਲੇ ਮੁਲਕਾਂ ਦੇ ਵਿੱਚ। ਮੇਵਾ ਦੇਖ ਲਓ, ਮੈਂ ਹੁਣ ਮੈਨੂੰ ਕਹਿੰਦੀ ਨਾ ਕੰਮ ਨਹੀਂ ਕਰਨਾ ਤੁਸੀਂ ਨਹੀਂ ਕੰਮ ਕਰਨਾ। ਅੱਛਾ ਅੱਛਾ, ਨਹੀਂ ਪਹਿਲੇ ਸਮਿਆਂ ਦੇ ਵਿੱਚ ਇੱਕ ਵਿਚਾਰੀ ਘਰੇ ਵੀ ਸਾਰਾ ਕੰਮ ਕਰਨਾ, ਸਾਰਾ ਗੋਹਾ ਕੂੜਾ ਕਰ ਕਰਾ ਕੇ ਫਿਰ ਵੀ ਉਹੀ ਹਾਲ ਰਹਿੰਦਾ ਸੀ। ਜੀ ਜੀ ਜੀ, ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ, ਤੁਹਾਡਾ ਬਹੁਤ ਧੰਨਵਾਦ, ਕਾਲਾਂ ਲਗਾਤਾਰ ਆ ਰਹੀਆਂ ਨੇ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਕੀ ਵਿਚਾਰ ਨੇ ਜੀ, ਕੀ ਕਹਿਣਾ ਚਾਹੁੰਦੇ ਹੋ ਪਤੀ ਪਤਨੀ ਦੇ ਰਿਸ਼ਤੇ ਦੀ ਗੱਲ? ਇਹ ਆ ਵੀ ਮੈਂ ਸ਼ੁਰੂ ਦੇ ਵਿੱਚ ਜਦੋਂ ਛੋਟੀ ਸੀ ਮੈਂ ਦੇਖਦੀ ਸੀ ਆਪਣੀ ਮਾਂ ਨੂੰ ਵਰਤ ਰੱਖਦੇ। ਅੱਛਾ ਜੀ। ਤੇ ਅਸੀਂ ਉਹਨਾਂ ਨੇ ਕੀ ਕਰਨਾ ਫਿਰ ਜਦੋਂ ਅਸੀਂ ਕੁੜੀਆਂ, ਮੇਰੀ ਭੈਣ ਵੱਡੀ ਹੈ ਤੇ ਅਸੀਂ ਵੀ ਜਦੋਂ ਥੋੜੀਆਂ ਜਿਹੀਆਂ ਵੱਡੀਆਂ ਹੋ ਗਈਆਂ ਨਾ ਅਸੀਂ ਵੀ ਨਾਲ ਵਰਤ ਰੱਖ ਲੈਣਾ। ਅੱਛਾ ਜੀ। ਤੇ ਉਹਨਾਂ ਨੇ ਸੁਬਹਾ ਉੱਠ ਕੇ ਚੂਰੀ ਕੁੱਟਣੀ 4 ਵਜੇ ਤੇ ਨਾਲ ਜੇ ਕਿਸੇ ਨੇ ਇੱਕ ਇੱਕ ਪਰੌਂਠਾ ਕੋਈ ਰੋਟੀ ਖਾਣੀ ਆ ਤੇ ਖਾ ਲੈਂਦੇ ਚੂਰੀ ਕੁੱਟ ਕੇ, ਤੇ ਸਾਰਿਆਂ ਨੂੰ ਉਹ ਲੱਡੂ ਜੇ ਵੱਟ ਕੇ ਨਾ ਤੇ ਦੇ ਦਿੰਦੇ ਸੀ, ਤੇ ਚਾਹ ਪੀ ਲੈਣੀ, ਉਦੋਂ ਬਾਅਦ ਕਹਿ ਦਿੰਦੇ ਵੀ ਹੁਣ ਮਤਲਬ ਹੁਣ ਨੀ ਖਾਣਾ ਗਾ ਕੁਛ, ਦੁਪਹਿਰੇ ਕਥਾ ਸੁਣਨੀ, ਤੇ ਸ਼ਾਮ ਨੂੰ ਕੀ ਹੁੰਦਾ ਸੀ ਨਾਲ ਮਿੱਠਾ ਬਣਾ ਲੈਣਾ, ਜਦੋਂ ਕਿ ਬਾਹਰੋਂ ਕੋਈ ਚੀਜ਼ ਨਹੀਂ ਸੀ ਲਿਆਂਦੀ ਜਾਂਦੀ। ਜੀ 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 ਬਿਲਕੁਲ। ਹਾਂਜੀ, ਤੇ ਹੁਣ ਮੈਂ ਤਾਂ ਜਿਵੇਂ ਸੁਣਿਆ ਮੇਰੇ ਫਾਦਰ ਫੌਜ ਵਿੱਚ ਸੀਗੇ, ਹੁਣ ਆਦਮੀਆਂ ਦਾ ਵੀ ਕੋਈ ਵਰਤ ਨਾਲੋਂ ਜੇ ਆਪਾਂ ਕਹੀਏ ਨਾ ਜਦ ਕੋਈ ਉਹਨਾਂ ਦੀ ਮਿਹਨਤ ਘੱਟ ਨੀ ਗੀ ਹੈ ਜੀ, ਤੇ ਔਰਤ ਜਿਹੜੀ ਹੈਗੀ ਆ ਹੁਣ ਬੰਦਾ ਬਾਹਰ ਗਿਆ ਹੁੰਦਾ ਜਿਵੇਂ ਮੇਰੇ ਫਾਦਰ ਫੌਜ ਵਿੱਚ ਸੀਗੇ ਤੇ ਉਹ ਸਾਡੇ ਸਾਰੇ ਹੀ ਵਰਤ ਰੱਖਦੇ ਸੀ, ਉੱਥੇ ਹਿੰਦੂ ਵੀ ਰਹਿੰਦੇ ਸੀਗੇ, ਬਾਣੀਆਂ ਵੀ, ਬਾਹਮਣ ਵੀ, ਸਾਰੇ ਰੱਖਦੇ ਸੀਗੇ। ਤੇ ਉਦੋਂ ਜਿਹੜੀਆਂ ਆਹ ਗੱਲਾਂ ਨਾ ਹੁਣ ਮਤਲਬ ਸ਼ੁਗਲ ਮੇਲਾ ਇਹ ਚੀਜ਼ ਮੈਂ ਨੀ ਸੁਣੀ ਗਈ ਅੱਜ ਤੱਕ ਕਿ ਵਰਤ ਦੇ ਵਿੱਚ ਅਸੀਂ ਕੋਈ ਸ਼ੁਗਲ ਜਾਂ ਕਿਸੇ ਨੂੰ ਮਖੌਲ ਹੀ ਕਰ ਸਕਦੇ ਹਾਂ। ਨਹੀਂ ਨਹੀਂ, ਬਹੁਤ ਧਿਆਨ ਰੱਖਦੇ, ਬਹੁਤ ਸੱਚੀ ਧਾਰਨਾ ਨਾਲ ਜਿਹਦੇ ਆਪਾਂ ਕੋਈ ਕੰਮ ਕਰਦੇ ਹਾਂ ਨਾ, ਤੇ ਉਹ ਜਿਹੜੇ ਮਤਲਬ ਜਿਵੇਂ ਸਾਡੇ ਫਾਦਰ ਸੀਗੇ ਮੇਰੇ ਹਸਬੈਂਡ ਆ, ਤੇ ਮੈਂ ਨੀ ਆ ਵੀ ਉਹ ਵੀ ਪੂਜਨੀਕ ਹੀ ਹੁੰਦੇ ਹੈਗੇ ਆ, ਕੋਈ ਉਹਨਾਂ ਦੀ ਵੀ ਸਾਡੇ ਨਾਲੋਂ ਮਿਹਨਤ ਘੱਟ ਨਹੀਂ ਹੁੰਦੀ। ਜੀ ਜੀ, ਮਿਹਰਬਾਨੀ, ਬਹੁਤ ਮਿਹਰਬਾਨੀ। ਆਪਾਂ ਇਹੋ ਜਿਹੇ ਪਰਿਵਾਰ ਚ ਹੀ ਪੈਦਾ ਹੋਏ ਆ ਜਿੱਥੇ ਸੱਚ ਦੇ ਨਾਲ ਹੀ ਚੱਲੇ ਆ, ਤੇ ਉਹ ਬੰਦਿਆਂ ਦੀ ਵੀ ਉਦੋਂ ਜ਼ਿਆਦੇ ਆ ਤੇ ਲੇਡੀਜ਼ ਦੀ ਉਦੋਂ ਜ਼ਿਆਦੇ ਆ, ਕੋਈ ਵੀ ਕਿਸੇ ਥਾਂ ਦੇ ਉੱਤੇ ਘੱਟ ਨੀ ਗੀ। ਮਿਹਰਬਾਨੀ ਤੇ ਹਾਂਜੀ, ਬਸ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਅਸਲ ਦੇ ਵਿੱਚ ਇਹ ਗੱਲ ਵਰਤ ਦੀ, ਸ਼ੁਗਲ ਮੇਲੇ ਦੀ ਨਹੀਂ ਕਰਦੇ ਗੱਲ, ਪਤੀ ਪਤਨੀ ਦੇ ਰਿਸ਼ਤਿਆਂ ਦੇ ਜੋ ਸ਼ੁਗਲ ਮੇਲੇ ਬਣੇ ਨੇ, ਹੋਰ ਕਿਸੇ ਵਰਤ 'ਤੇ ਕੋਈ ਸ਼ੁਗਲ ਮੇਲਾ ਨਹੀਂ, ਕੋਈ ਜੋਗ ਨਹੀਂ, ਕੋਈ ਮਜ਼ਾਕ ਨਹੀਂ, ਪਰ ਪਤੀ ਪਤਨੀ ਦੇ ਇਸ ਵਰਤ ਦੇ ਉੱਪਰ, ਪਤੀ ਦੇ ਜੋ ਪਤੀ ਪਤਨੀ ਦੇ ਨਾਲ ਸੰਬੰਧਿਤ ਹੈਗਾ, ਤਾਂ ਇਹਦੇ 'ਤੇ ਬੜਾ ਕੁਛ ਸੁਣਨ ਨੂੰ, ਦੇਖਣ ਨੂੰ ਸਾਨੂੰ ਮਿਲ ਜਾਂਦਾ। ਚਲੋ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਦੇਖਦੇ ਰਹੋ ਜਸ ਪੰਜਾਬੀ ਜੀ। ਹਾਜ਼ਰ ਹੈ ਬ੍ਰੇਕ ਤੋਂ ਬਾਅਦ, ਫਟਾਫਟ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ, ਜਾਣਦੇ ਹਾਂ ਤੁਹਾਡੇ ਵਿਚਾਰ ਕੀ ਨੇ, ਵਰਤਾਂ ਦੀ ਗੱਲ ਕਰ ਲਈਏ ਚਾਹੇ ਪਤੀ ਪਤਨੀ ਦੀ ਗੱਲ ਕਰ ਲਈਏ, ਕੀ ਵਿਚਾਰ ਨੇ ਥੋੜ੍ਹੇ ਸਮੇਂ ਦੇ ਵਿੱਚ? ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ।
ਹੈਲੋ, ਸਤਿ ਸ਼੍ਰੀ ਅਕਾਲ ਜੱਗੀ ਜੀ। ਜੀ ਸਤਿ ਸ਼੍ਰੀ ਅਕਾਲ ਸਰ। ਮੇਰਾ ਖਿਆਲ ਹੈ ਜਿਹੜਾ ਜਦੋਂ ਇਹ ਸ਼ੁਰੂ ਹੋਇਆ ਕਰਵਾ ਚੌਥ ਦਾ, ਇਹ ਉਦੋਂ ਹੋਣਾ ਜਦੋਂ ਸਤੀ ਦਾ ਬਹੁਤ ਰਿਵਾਜ ਸੀ ਤੇ ਉਦੋਂ ਬਦੀ ਵਿਚਾਰੀਆਂ ਚੁੱਕੇ ਸਤੀ ਹੋਣ ਵਾਸਤੇ ਮਜਬੂਰ ਕਰਦੀਆਂ ਸੀ। ਉਦੋਂ ਮੇਰਾ ਖਿਆਲ ਹੈ ਵੀ ਬੀਬੀਆਂ ਸ਼ੋਰ ਕਰਦੀਆਂ ਨੇ, ਫਿਰ ਸਾਡੇ ਪਤੀਆਂ ਦੀ ਉਮਰ ਜ਼ਿਆਦਾ ਲੰਬੀ ਹੋਵੇ। ਹਾਂਜੀ, ਧਾਰਨਾਵਾਂ ਬਹੁਤ ਸਾਰੀਆਂ ਹੈਗੀਆਂ ਨੇ, ਪਰ ਅਸੀਂ ਜੇ ਰੱਖਣ ਦੀ ਗੱਲ ਕਰੀਏ ਤਾਂ ਸਾਡੇ ਜਿਹੜੇ ਅਸੀਂ ਪੀੜ੍ਹੀਆਂ ਦਰ ਪੀੜ੍ਹੀਆਂ ਰੱਖਦੇ ਆ ਰਹੇ, ਚਾਹੇ ਅਸੀਂ ਮੈਂ ਆਪਣੀ ਮਦਰ ਦੀ ਗੱਲ ਕਰਾਂ ਜਾਂ ਦਾਦੀ ਦੀ ਗੱਲ ਕਰਾਂ, ਉਹ ਸਿਰਫ ਇਸ ਕਰਕੇ ਹੀ ਰੱਖਦੇ ਆ ਰਹੇ ਸੀਗੇ। ਲੌਜਿਕ ਜਿਹੜਾ ਹੁਣ ਹੌਲੀ ਹੌਲੀ ਬਾਅਦ 'ਚ ਲੋਕਾਂ ਨੂੰ ਪਤਾ ਲੱਗਾ, ਵਾਕਈ ਇਹਦੇ ਪਿੱਛੇ ਕੋਈ ਨਾ ਕੋਈ ਲੌਜਿਕ ਤਾਂ ਹੋਏਗਾ ਬਹੁਤ ਵੱਡਾ, ਪਰ ਇਸ ਕਰਕੇ ਰੱਖਦੇ ਆ ਰਹੇ ਸੀਗੇ ਵੀ ਚਲੋ ਜੀ ਬਾਕੀ ਰੱਖਦੇ ਨੇ, ਪਿੰਡ ਦੀਆਂ ਸਾਰੀਆਂ ਔਰਤਾਂ ਰੱਖਦੀਆਂ ਨੇ ਤੇ ਆਪਾਂ ਨੂੰ ਵੀ ਰੱਖਣਾ ਚਾਹੀਦਾ, ਆਪਾਂ ਰੱਖਣਾ ਚਾਹੀਦਾ। ਚਲੋ ਠੀਕ ਠਾਕ ਜੀ, ਠੀਕ ਠਾਕ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ ਅੱਛਾ, ਕਾਲ ਕਾਫੀ ਦਿਨਾਂ ਬਾਅਦ ਆਈ। ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਬਸ ਮੈਂ ਉਦਾਂ ਹੀ, ਮੈਂ ਕਿਹਾ ਸ਼ੁਗਲ ਮੇਲਾ ਹੀ ਹੁੰਦਾ ਸੀ ਵਰਤ। ਨਹੀਂ, ਚੰਗਾ ਸੀ, ਚੰਗਾ ਸੀ। ਨਿਆਣੇ ਹੁੰਦੇ ਨੂੰ ਜਦੋਂ ਛੋਟੇ ਹੁੰਦੇ ਸਾਰੇ ਰੱਖਦੇ ਚਾਹ ਨਾ ਵੀ ਮਠਿਆਈ ਖਾਣ। ਨਹੀਂ, ਪਰ ਜਿਹੜੀ ਚੰਗੀ ਗੱਲ ਇਹ ਸੀ ਵੀ ਇਸ ਦਿਨ ਵਰਤ ਵਾਲੇ ਦਿਨ ਘਰ ਦੇ ਵਿੱਚ ਵਧੀਆ ਖਾਣਾ ਬਣਦਾ ਸੀ, ਘਰ ਦੇ ਵਿੱਚ ਵਧੀਆ ਮਾਹੌਲ ਹੁੰਦਾ ਸੀ, ਜਿਹੜੇ ਵਰਤ ਰੱਖਿਆ ਉਹਨਾਂ ਕਹਿਣਾ ਕੰਮ ਨੂੰ ਹੱਥ ਨਾ ਲਾਇਆ, ਵਧੀਆ ਮਾਹੌਲ ਹੁੰਦਾ ਸੀ, ਲੜਾਈ ਨਹੀਂ ਸੀ ਹੁੰਦੀ, ਲੜਾਈ ਨਹੀਂ ਹੁੰਦੀ ਸੀ, ਖਾਣ ਪੀਣ ਨੂੰ ਵਧੀਆ ਮਿਲਣਾ ਸਾਰੇ ਪਰਿਵਾਰ ਨੂੰ, ਵਰਤ ਰੱਖਣ ਵਾਲੀ ਨੂੰ ਸੂਟ ਸਾਟ ਮਿਲ ਜਾਂਦੇ ਸੀ ਵਧੀਆ। ਹਾਂਜੀ, ਬਸ ਇਸ ਕਰਕੇ ਲੇਡੀਜ਼ ਚੰਗੀ। ਹਾਂਜੀ ਹਾਂਜੀ, ਚਲੋ ਬੜੀ ਮਿਹਰਬਾਨੀ ਜੀ ਕਾਲ ਕਰਨ ਲਈ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਮਨਜੀਤ ਸਿੰਘ ਜੀ, ਹਾਂਜੀ। ਐਕਚੁਲੀ ਅੱਜ ਕੱਲ ਤਿਉਹਾਰ ਸ਼ੁਰੂ ਹੋ ਜਾਂਦੇ ਹਨ, ਨਰਾਤੇ, ਦੁਸਹਿਰਾ, ਕਰਵਾ ਚੌਥ, ਦੀਵਾਲੀ, ਹੈ ਨਾ, ਤੇ ਪਹਿਲਾਂ ਤਾਂ ਕੋਈ ਇੱਦਾਂ ਜ਼ਿਆਦਾ ਰਿਵਾਜ਼ ਸੀਗਾ, ਮੇਰੇ ਕਪਲ ਕੰਮ ਕਰਦੇ ਆ ਜੀ ਰਾਤ ਦੇ, ਉਹਨੇ ਥੋੜ੍ਹਾ ਜਿਹਾ ਮੈਰਿਜ ਹੋਈ ਨੀ, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਰਵਾ ਚੌਥ ਰੱਖ ਰਹੇ, ਕਹਿੰਦੇ ਸਾਡੀ ਸਟੇਟ ਦੀ ਤਾਂ ਹੁਣ ਬਹੁਤ ਘੱਟ ਗਿਆ। ਅੱਛਾ, ਮੈਂ ਕਿਹਾ ਸਾਡੇ ਪੰਜਾਬ ਦੀ ਤਾਂ ਵੀ ਹੁਣ ਪੂਰਾ ਫੁੱਲ ਜੋ ਰਿਹਾ, ਕਿਉਂਕਿ ਸਾਡੇ ਅੱਗੇ ਤਾਂ ਪਹਿਲਾਂ ਘੱਟ ਹੁੰਦਾ ਸੀ। ਜੀ ਜੀ ਜੀ, ਉਹ ਕਹਿੰਦੇ ਅਸੀਂ ਮਨੀ ਵੇਸਟ ਨੀ ਕਰਦੇ, ਅਕਾਊਂਟ ਦਾ ਕਿਆ ਤਨਖਾਹ ਜਾਏਗੀ। ਪਰ ਪਹਿਲੇ ਸਮਿਆਂ ਦੇ ਵਿੱਚ ਇਹ ਚੀਜ਼ਾਂ ਇੱਕ ਵਧੀਆ ਰੌਣਕ ਮੇਲਾ ਹੁੰਦਾ ਸੀ, ਬਾਜ਼ਾਰਾਂ ਦੇ ਵਿੱਚ ਰੌਣਕ ਹੁੰਦੀ ਸੀ, ਚੰਗਾ ਮਾਹੌਲ ਹੁੰਦਾ ਸੀ। ਅੱਜ ਕੱਲ੍ਹ ਇਹਨਾਂ ਤਿਉਹਾਰਾਂ ਦੇ ਨਾਂ 'ਤੇ ਲੁੱਟ ਘਸੁੱਟ ਹੁੰਦੀ, ਸਿੱਧੀ ਮਿਲਾਵਟ, ਲੁੱਟ ਘਸੁੱਟ ਲੋਕਾਂ ਨੂੰ, ਪਰ ਕਈ ਹੁਣ ਮਜਬੂਰੀ ਦੇ ਵਿੱਚ ਕਰਨਾ ਪੈਂਦਾ, ਕਈ ਵੈਸੇ ਕਰਦੇ ਨੇ ਚਾਹ ਦੇ ਵਿੱਚ, ਕਈਆਂ ਨੂੰ ਮਜਬੂਰੀ 'ਚ ਕਰਨਾ ਪੈਂਦਾ, ਲੇਕਿਨ ਕਰਦੇ ਸਾਰੇ ਨੇ। ਬੜੀ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ, ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ, ਦੇਖਦੇ ਰਹੋ ਜਸ ਪੰਜਾਬੀ ਜੀ। ਪ੍ਰੋਗਰਾਮ ਦਾ ਆਖਰੀ ਪੜਾਅ ਕਾਲਾਂ ਦਾ ਸਿਲਸਿਲਾ ਜਿਹੜਾ ਹੋਰ ਨਹੀਂ ਅੱਗੇ ਜਾਰੀ ਰੱਖਣਾ, ਪਰ ਮੁੱਖ ਦੀ ਗੱਲ ਇਹ ਹੈ ਵੀ ਜਿਹੜੇ ਦਿਨ ਤਿਉਹਾਰ ਬਣੇ ਸੀਗੇ, ਚਾਹੇ ਕੋਈ ਵੀ ਸੀ, ਚਾਹੇ ਛੋਟੇ ਤੋਂ ਛੋਟਾ, ਚਾਹੇ ਵੱਡੇ ਤੋਂ ਵੱਡਾ, ਉਸ ਦਿਨ ਤਿਉਹਾਰ ਨੂੰ ਹਰ ਬੰਦਾ ਆਪਣੇ ਆਪਣੇ ਤਰੀਕੇ ਨਾਲ ਇੰਜੋਏ ਕਰਦਾ ਸੀ, ਆਨੰਦ ਮਾਣਦਾ ਸੀ ਉਹਨਾਂ ਦੇ ਤਿਉਹਾਰਾਂ ਦਾ। ਪਰ ਅੱਜ ਕੱਲ੍ਹ ਸਮਾਂ ਚੇਂਜ ਹੋ ਗਿਆ, ਅਜੀਬ ਜਿਹਾ ਮਾਹੌਲ ਹੋ ਗਿਆ, ਪਰ ਫਿਰ ਵੀ ਇਹ ਤਿਉਹਾਰ ਜਿੰਨੇ ਵੀ ਹੈਗੇ ਨੇ ਸਾਡੇ, ਜਿੰਨੇ ਵੀ ਦਿਨ ਤਿਉਹਾਰ ਹੈਗੇ ਨੇ, ਮੈਂ ਸਮਝਦਾ ਇਹ ਹਾਲੇ ਵੀ ਸਾਡੇ ਰਿਸ਼ਤਿਆਂ ਨੂੰ ਆਪਸ ਵਿੱਚ ਜੋੜਨ ਦੇ ਵਿੱਚ ਕਾਫੀ ਵਧੀਆ ਸਿੱਧ ਹੁੰਦੇ ਨੇ, ਲਾਭਦਾਇਕ ਸਿੱਧ ਹੁੰਦੇ ਨੇ। ਸੋ ਇਹੋ ਜਿਹੇ ਦਿਨ ਤਿਉਹਾਰ ਜਿਹੜੇ ਉਹ ਹੋਣੇ ਚਾਹੀਦੇ, ਰਹਿਣੇ ਚਾਹੀਦੇ ਆ, ਪਰ ਜਿਹੜੀ ਦਿਨ ਤਿਉਹਾਰਾਂ ਦੇ ਨਾਂ 'ਤੇ ਲੁੱਟ ਘਸੁੱਟ ਹੁੰਦੀ ਆ, ਉਹ ਜ਼ਰੂਰ ਬੰਦ ਹੋਣੀ ਚਾਹੀਦੀ ਹੈ। ਪਰ ਬੰਦ ਹੋਏਗੀ ਕਿਵੇਂ, ਕਿ ਮਿਲੀ ਭੁਗਤੀ ਦੇ ਵਿੱਚ ਸਰਕਾਰਾਂ ਦੀ ਹੁੰਦੀ ਹੈ, ਪੁਲਿਸ ਦੀ ਹੁੰਦੀ, ਤਾਂ ਬੰਦ ਹੋਊਗੀ ਕਿਵੇਂ, ਪੈਰਾਂ ਦੇ ਨਾਲ ਜਿਹੜੇ ਮੱਠੇ ਬਣਦੇ ਨੇ, ਵੀਡੀਓ ਸਾਡੇ ਬਹੁਤ ਸਾਰੀਆਂ ਸ਼ੇਅਰ ਹੁੰਦੀਆਂ ਨੇ, ਪੈਰਾਂ ਦੇ ਨਾਲ ਉਹ ਬਣਾ ਰਹੇ ਨੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਕਦੇ ਕਿਤੇ ਕਿਤੇ ਕੋਈ ਕਿਤੇ, ਪਰ ਫਿਰ ਵੀ ਅੱਜ ਕੱਲ੍ਹ ਲੋਕ ਕਾਫੀ 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 ਅਵੇਅਰ ਹੋ ਗਏ ਆ ਪਹਿਲਾਂ ਨੂੰ, ਇਹਦੇ 'ਚ ਕੋਈ ਸ਼ੱਕ ਨਹੀਂ, ਉਮੀਦ ਆ ਵੀ ਆਉਣ ਵਾਲੇ ਦਿਨਾਂ 'ਚ ਹੋਰ ਅਵੇਅਰ ਹੋ ਜਾਵਾਂਗੇ, ਹੋਰ ਅਸੀਂ ਜਿਹੜੀਆਂ ਇਹਨਾਂ ਚੀਜ਼ਾਂ ਤੋਂ ਬਚਾਅ ਜਿਹੜਾ ਰੱਖਣ ਲੱਗ ਪਵਾਂਗੇ। ਸੋ ਪ੍ਰੋਗਰਾਮ ਇੱਥੇ ਖਤਮ ਕਰਨਾ ਪੈਣਾ, ਕੱਲ੍ਹ ਨੂੰ ਫਰਿਜ਼ਨੋ ਦੇ ਵਿੱਚ, ਕੱਲ੍ਹ ਅਤੇ ਪਰਸੋਂ ਫਰਿਜ਼ਨੋ ਦੇ ਵਿੱਚ ਮੁਲਾਕਾਤ ਹੋਏਗੀ, ਚੌਥ ਨੂੰ ਸ਼ਨੀਵਾਰ ਤੱਕ ਅਸੀਂ ਫਰਿਜ਼ਨੋ ਹੀ ਹਾਂ, ਲਾਈਵ ਪ੍ਰੋਗਰਾਮ ਜਿਹੜਾ ਇਸ ਵੇਲੇ ਵਾਲਾ ਇਹ ਵੀ ਫਰਿਜ਼ਨੋ ਤੋਂ ਆਪਾਂ ਕਰਾਂਗੇ, ਉੱਥੇ ਕਾਲਾਂ ਵਗੈਰਾ ਤੁਹਾਡੀਆਂ ਲਵਾਂਗੇ, ਫੋਨ ਮੈਂ ਨਾਲ ਲੈ ਕੇ ਜਾਊਂਗਾ। ਸੋ ਫਰਿਜ਼ਨੋ ਦੇ ਆਲੇ ਦੁਆਲੇ ਮੁਲਾਕਾਤ ਹੋਏਗੀ ਕੱਲ੍ਹ ਨੂੰ, ਕੱਲ੍ਹ ਜਿਹੜਾ ਅਸੀਂ ਉਹ ਜਗਦੀਪ ਸਿੰਘ JS ਟਰੱਕ ਇੰਸ਼ੋਰੈਂਸ ਵਾਲੇ, ਜਗਦੀਪ ਸਿੰਘ ਮਸ਼ਹੂਰ ਬੰਦੇ ਨੇ, ਫਰਿਜ਼ਨੋ ਦੀ ਮਸ਼ਹੂਰ ਹਸਤੀ ਹੈ, ਹਰ ਕੰਮ ਦੇ ਵਿੱਚ ਹਿੱਸਾ ਲੈਂਦੇ ਰਹਿੰਦੇ ਨੇ,
ਕੱਲ੍ਹ ਨੂੰ ਉਹਨਾਂ ਦੀ ਸ਼ੂਟਿੰਗ ਜਿਹੜੀ ਹੈ ਬਿਕਰ ਬਾਦਸ਼ਾਹ ਵਾਲੀ ਹੈ ਉਹ ਵੀ ਕਰਨੀ ਹੈ, ਤਾਂ ਉੱਥੇ ਦੁਪਹਿਰ ਜਿਹਨੂੰ ਉੱਥੇ ਪਹੁੰਚ ਕੇ ਸ਼ੂਟਿੰਗ ਸ਼ਾਟ ਕਰਾਂਗੇ, ਸ਼ੁਕਰ ਮੇਲਾ ਕਰਾਂਗੇ। ਸੋ ਅਗਲੇ ਜਿਹੜੇ 3 ਦਿਨ ਆ ਫ੍ਰਿਜ ਨੂੰ ਬੇਕਰ ਸਟਰੀਟ ਦੇ ਏਰੀਏ 'ਚ ਮੁਲਾਕਾਤ ਹੋਏਗੀ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ।